ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਪਹਿਲਾਂ ਮੈਂ ਦੋ ਵੀਡੀਓ ਬਣਾਈਆਂ ਸੀਗੀਆਂ ਪੰਜਾਬੀ ਭਾਸ਼ਾ ਤੇ ਇੱਕ ਬਣਾਈ ਸੀਗੀ ਤੇ ਉਹ ਵੀ ਕਿਸੇ ਗੈਸਟ ਦੇ ਨਾਲ ਬਣਾਈ ਸੀ ਪਰ ਉਹ ਵੀਡੀਓ ਡਿਲੀਟ ਕਰਨੀ ਪੈ ਗਈ ਤੇ ਫਿਰ ਇੱਕ ਹੋਰ ਬਣਾਈ ਸੀ ਵੀਡੀਓ ਉਹ ਵੀਡੀਓ ਸਹੀ ਨਹੀਂ ਬਣੀ ਤੇ ਇਸ ਕਰਕੇ 2 ਹਫ਼ਤੇ ਦਾ ਗੈਪ ਪੈ ਗਿਆ ਮੈਂ ਚੱਲੋ ਹੁਣ ਉਹ ਜਿਹੜੀ ਪਹਿਲੀ ਵੀਡੀਓ ਸੀ ਨੂੰ ਮੈਂ ਪੰਜਾਬੀ ਭਾਸ਼ਾ ਦੇ ਬਣਾਈ ਸੀਗੀ ਤੇ ਸੋਚਿਆ ਕਿ ਹੁਣ ਪਿੰਨjabi ਭਾਸ਼ਾ ਤੇ ਚਲੋ ਮੈਂ ਇਕੱਲੇ ਬਣਾ ਦਿੰਦਾ ਹਨਾ ਤੇ ਗੈਸਟ ਦੇ ਨਾਲ ਬੜੀ ਨਹੀਂ ਤੇ ਅੱਜ ਕੋਈ ਹੈ ਵੀ ਨਹੀਂ ਸੀਗਾ ਗੱਲਬਾਤ ਕਰਨ ਨੂੰ ਤੇ ਸੋਚਿਆ ਕਿ ਆਪੇ ਕੁਐਸਚਨ ਕਰਕੇ ਆਪੇ ਆਨਸਰ ਦੇ ਦੰਨੇ ਹਨਾ ਕਿਉਂਕਿ ਵੀਡੀਓ ਤਾਂ ਬਣਾਣੀ ਨਹੀਂ ਤਾਂ ਬਹੁਤ ਜ਼ਿਆਦਾ ਗੈਪ ਪੈ ਜਾਣਾ ਹਨਾ ਤੇ ਪੰਜਾਬੀ ਭਾਸ਼ਾ ਇੱਕ ਦਿਨ ਨਾ ਵੀਡੀਓ ਕਿਸ ਨੇ ਮੈਨੂੰ ਭੇਜੀ ਸੀਗੀ ਉਦੇ ਚ ਦਿੱਲੀ ਵਾਲ ਦੇ ਲੋਕੀ ਸੀਗੇ ਲੋਕੀ ਨਹੀਂ ਮਤਲਬ ਫੈਮਿਲੀ ਸੀਗੀ ਤੇ ਉਹ ਆਪਸ ਚ ਗੱਲ ਕਰਦੇ ਪਏ ਸੀਗੇ ਤੇ ਕੋਚ ਜਿਹੜੇ ਸਾਡੇ ਪੰਜਾਬੀ ਸ਼ਬਦ ਆ ਨਾ ਉਹਨਾਂ ਦਾ ਉਚਾਰਨ ਉਹ ਥੋੜਾ ਜਿਹਾ ਹਿੰਦੀ ਵਾਲੇ ਤਰੀਕੇ ਨਾਲ ਕਰਦੇ ਪਏ ਸੀ ਜਿੱਦਾਂ ਆਪਾਂ ਭੱਬੇ ਨੂੰ ਬੋਲੀਦੇ ਨਾ ਭੱਬਾ ਭਾਜੀ ਉਹ ਥੋੜਾ ਬੋਲਦੇ ਸੀ ਬਾਜੀ ਜਾਂ ਇਦਾਂ ਕਰਕੇ ਸੀਗੇ ਨਾ ਦੋ ਤਿੰਨ ਹੋਰ ਸ਼ਬਦ 부ਆ ਨੂੰ ਬੂਆ ਸੋ ਉਹ ਮੇਰੇ ਕਿਸੇ ਨਾਲ ਗੱਲ ਹੁੰਦੀ ਸੀ ਤਾਂ ਉਹ ਕਹਿੰਦੇ ਕਿ ਵਧੀਆ ਚੀਜ਼ ਨਹੀਂ ਹੈਗੀ ਹਨਾ ਤੇ ਇਹ ਮਾੜੀ ਚੀਜ਼ ਆ ਕਿ ਹਿੰਦੀ ਜਿਹੜੀ ਭਾਸ਼ਾ ਆ ਉਹ ਸਾਡੇ ਤੇ ਡੋਮੀਨੇਟ ਕਰਦੀ ਪਈ ਆ ਹੌਲੀ-ਹੌਲੀ ਤੇ ਸਾਨੂੰ ਪਤਾ ਨਹੀਂ ਲੱਗਦਾ ਪਿਆ ਹਨਾ ਤੇ ਉਹ ਮੈਂ ਇਸ ਚੀਜ਼ ਨਾਲ ਫਿਰ ਡਿਸਐਗਰੀ ਕੀਤਾ ਸੀਗਾ ਤੇ ਉਹੀ ਚੀਜ਼ ਤੇ ਪੋਡਕਾਸਟ ਬਣਿਆ ਸੀਗਾ ਚਲੋ ਉਹ ਨਹੀਂ ਹੁਣ ਮਤਲਬ ਅਪਲੋਡ ਕਰ ਹੋਇਆ ਤੇ ਉਹਦੇ ਵਿੱਚ ਮੇਰਾ ਡਿਗੇ ਸੀਗਾ ਕਿ ਭਾਜੀ ਇਦਾਂ ਹੁੰਦਾ ਨਹੀਂ ਹੈਗਾ ਠੀਕ ਆ ਤੇ ਭਾਸ਼ਾ ਜਦੋਂ ਤੁਸੀਂ ਕਿਸੇ ਜਗ੍ਹਾ ਤੇ ਰਹਿੰਦੇ ਆ ਨਾ ਤਾਂ ਉੱਥੇ ਦੀ ਭਾਸ਼ਾ ਜਾਂ ਉੱਥੇ ਦਾ ਐਕਸੈਂਟ ਹੌਲੀ-ਹੌਲੀ ਤੁਸੀਂ ਗ੍ਰੈਬ ਕਰਨ ਲੱਗ ਪੈਂਦੇ ਕਈ ਵਾਰ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਜਿੱਦਾਂ ਹੁਣ ਅਸੀਂ ਬਾਹਰ ਰਹਿੰਦੇ ਆ ਨਾ ਬਾਹਰ ਇੰਗਲਿਸ਼ ਬੋਲਦੇ ਬੋਲਦੇ ਉਨਾ ਦਾ ਉਚਾਰਨ ਜਿਹੜਾ ਆ ਉਹਨਾਂ ਦੀ ਜਿਹੜੀ ਪ੍ਰੋਨਨਸੀਏਸ਼ਨ ਹੈ ਉਹ ਸਾਡੇ ਸ਼ਬਦਾਂ ਪੰਜਾਬੀ ਦੇ ਵਿੱਚ ਆਉਣ ਲੱਗ ਪੰਦੀ ਹੈ ਤੁਸੀਂ ਕੈਨੇਡਾ ਵਾਲੇ ਬਹੁਤ ਲੋਕ ਦੇਖੇ ਹੋਣੇ ਆ ਕਿ ਕੁਝ ਕੁ ਸਾਲਾਂ ਬਾਅਦ ਜਦੋਂ ਪੰਜਾਬੀ ਬੋਲਦੇ ਆ ਜਾਂ ਉੱਥੇ ਜਿਹੜੇ ਜੰਪ ਵਾਲੇ ਪੰਜਾਬੀ ਬੋਲਦੇ ਆ ਨਾ ਉਹਨਾਂ ਦੇ ਵਿੱਚ ਇੰਗਲਿਸ਼ ਦਾ ਥੋੜਾ ਜਿਹਾ ਟੱਚ ਆਉਂਦਾ ਹੁੰਦਾ ਨਾ ਜਿਹੜੀ ਜਦੋਂ ਅਸੀਂ ਜਿਹੜੀ ਪੰਜਾਬੀ ਬੋਲਦੇ ਆ ਠੇਠ ਭਾਰੀ ਜੀ ਆਵਾਜ਼ ਦੇ ਨਾਲ ਸਾਡੀ ਮਤਲਬ ਹੁੰਦੀ ਹੈ ਨਾ ਉਹ ਸੌਫਟ ਜਿਹੇ ਤਰੀਕੇ ਨਾਲ ਆਪਣੇ ਸ਼ਬਦਾਂ ਦਾ ਉਚਾਰਨ ਕਰਦੇ ਆ ਤੇ ਇਹ ਫਰਕ ਪਤਾ ਲੱਗ ਜਾਂਦਾ ਕਿ ਬਾਹਰਲਾ ਬੰਦਾ ਪੰਜਾਬੀ ਬੋਲਦਾ ਆ ਜਾਂ ਪੰਜਾਬ ਦਾ ਹੀ ਉਹ ਬੰਦਾ ਜਿਹੜਾ ਹਨ ਸੋ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ ਕਿਉਂਕਿ ਇਹ ਜਦੋਂ ਤੁਸੀਂ ਕਿਸੇ ਇੱਕ ਜਗ੍ਹਾ ਤੇ ਰਹਿੰਦੇ ਆ ਉਹ ਜਗ੍ਹਾ ਤੁਹਾਨੂੰ ਇਫੈਕਟ ਕਰਦੀ ਆ ਕਿਉਂਕਿ ਉੱਥੇ ਦਾ এনवायरमेंट ਆਲੇ-ਦੁਆਲੇ ਦੇ ਲੋਕ ਜਿਹੜੇ ਹੁੰਦੇ ਆ ਉਹ ਤੁਹਾਡੇ ਤੇ ਹੌਲੀ-ਹੌਲੀ ਇਫੈਕਟ ਕਰਦੇ ਆ ਕਈ ਵਾਰ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਕਿ ਤੁਹਾਡੀ ਪ੍ਰੋਨਨਸੀਏਸ਼ਨ ਚੇਂਜ ਹੋ ਰਹੀ ਆ ਸੋ ਇਹ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਕਿ ਜੇ ਕੋਈ ਪੰਜਾਬੀ ਬੰਦਾ ਜਦੋਂ ਪੰਜਾਬੀ ਬੋਲਦਾ ਆ ਤਾਂ ਉਹਦੇ ਵਿੱਚੋਂ ਜੇ ਤੁਹਾਨੂੰ ਲੱਗਦਾ ਕਿ ਇਹ ਇਹਦੇ ਤੇ ਕਿਸੇ ਹੋਰ ਭਾਸ਼ਾ ਦਾ ਅਸਰ ਹੋ ਰਿਹਾ ਹੈ ਹਨ ਤੇ ਇਹ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਭਾਸ਼ਾ ਤੇ ਜਿੰਨੀ ਅੱਜ ਸਟ੍ਰੈਸ ਦੇ ਹੋ ਰਹੀ ਆ ਭਾਸ਼ਾ ਨੂੰ ਜਿੰਨੇ ਇੱਕ ਮਤਲਬ ਮੁੱਦਾ ਬਣਾਇਆ ਜਾ ਰਿਹਾ ਕਿ ਯਾਰ ਭਾਸ਼ਾ ਖਤਮ ਹੋ ਜਾਣੀ ਆ ਭਾਸ਼ਾ ਤੇ ਅਟੈਕ ਹੋ ਰਿਹਾ ਆ ਸਾਡੀ ਭਾਸ਼ਾ ਨਾਲ ਖਿਲਵਾੜ ਕੀਤਾ ਜਾ ਰਿਹਾ ਆ ਤੇ ਉਹ 0% ਆ ਠੀਕ ਆ ਮੇਰੇ ਹਿਸਾਬ ਨਾਲ ਭਾਸ਼ਾ ਇਹ ਕੋਈ ਮਤਲਬ ਮੁੱਦਾ ਹੈ ਹੀ ਨਹੀਂ ਪਹਿਲੀ ਗੱਲ ਤਾਂ ਪੰਜਾਬ ਦਾ ਭਾਸ਼ਾ ਦਾ ਕੋਈ ਮੁੱਦਾ ਨਹੀਂ ਹੈਗਾ ਪੰਜਾਬ ਦਾ ਪੰਜਾਬ ਦੇ ਆਪਣੇ ਹੋਰ ਮੁੱਦੇ ਆ ਆਪਣਾ ਪਾਣੀਆ ਦਾ ਮੁੱਦਾ ਆ ਠੀਕ ਆ ਪਾਣੀ ਖੋਹ ਹੋ ਰਿਹਾ ਹੈ ਉਹ ਮੁੱਦਾ ਆ ਪਾਣੀ ਜ਼ਹਿਰੀਲੇ ਹੋ ਰਿਹਾ ਹੈ ਉਹ ਮੁੱਦਾ ਆ ਤੇ ਜਿਹੜੀਆਂ ਫਸਲਾਂ ਆ ਉਹਨਾਂ ਦੇ ਵਿੱਚ ਕਿੰਨੇ ਕੀਟਨਾਸ਼ਕ ਯੂਜ਼ ਹੋ ਰਹੇ ਆ ਉਹ ਮੁੱਦਾ ਆ ਤੇ ਬੇਰੁਜ਼ਗਾਰੀ ਮੁੱਦਾ ਆ ਪੜ੍ਹਾਈ ਦੇ ਵਿੱਚ ਰਿਫਾਰਮ ਨਹੀਂ ਆ ਰਹੇ ਹੈਗੇ ਆਪਣੇ ਸੇਮ ਟੂ ਸੇਮ ਜੋ ਅਸੀਂ ਪਹਿਲਾਂ ਪੜ੍ਹਦੇ ਹੁੰਦੇ ਸੀ ਉਹੀ ਅੱਜ ਪੜ੍ਹੀ ਜਾਂਦੇ ਆ ਉਹ ਮੁੱਦਾ ਆ ਤੇ ਜਿਆਦਾ ਤੋਂ ਜਿਆਦਾ ਨੌਕਰੀਆਂ ਪੈਦਾ ਕਰਨ ਦਾ ਮੁੱਦਾ ਇਹ ਜਿਹੜੇ ਅਸਲੀ ਮੁੱਦੇ ਆ ਜਾਂ ਜਿਹੜੇ ਹੋ ਗਿਆ ਮਤਲਬ ਪਿੰਡਾਂ ਦਾ ਵਿਕਾਸ ਨਹੀਂ ਹੋ ਰਿਹਾ ਹੈਗਾ ਅਸੀਂ ਹਜੇ ਵੀ ਗਲੀਆਂ ਨਾਲੀਆਂ ਤੇ ਬੈਠੇ ਆ ਸਾਡੇ ਕੋਲ ਡਿਸਪੈਂਸਰੀਆਂ ਨਹੀਂ ਹੈਗੀਆਂ ਹਸਪੀਟਲ ਐਮਬੂਲੈਂਸਾਂ ਨਹੀਂ ਹੈਗੀਆਂ ਲਾਇਬ੍ਰੇਰੀਆਂ ਨਹੀਂ ਹੈਗੀਆਂ ਇਹ ਸਾਡੇ ਮੁੱਦੇ ਆ ਸਕੂਲਾਂ ਦੇ ਵਿੱਚ ਟੀਚਰ ਨਹੀਂ ਪ੍ਰੋਪਰ ਹੈਗੇ ਪ੍ਰਿੰਸੀਪਲ ਨਹੀਂ ਹੈਗੇ ਹੈਡਮਾਸਟਰ ਨਹੀਂ ਹੈਗੇ ਇਹ ਸਾਡੇ ਮੁੱਦੇ ਆ ਠੀਕ ਆ ਪੰਜਾਬੀ ਭਾਸ਼ਾ ਜਾਂ ਸਿੱਖ ਧਰਮ Hindu ਧਰਮ ਜਾ ਇਦਾਂ ਦੀ ਕੋਈ ਵੀ ਚੀਜ਼ਾਂ ਇਹ ਸਾਡੇ ਮੁੱਦੇ ਨਹੀਂ ਹੈਗੇ ਠੀਕ ਹੈ ਸੋ ਇਹਨਾਂ ਤੇ ਧਿਆਨ ਤਾਂ ਲਿਆਇਆ ਜਾਂਦਾ ਤਾਂ ਕਿ ਤੁਸੀਂ ਅਸਲੀ ਜਿਹੜੇ ਮੁੱਦੇ ਆ ਉਹਨਾਂ ਤੋਂ ਭਟਕ ਸਕੋ ਕਿਉਂਕਿ ਇਹ ਜਿਹੜੇ ਮੁੱਦੇ ਆ ਨਾ ਭਾਸ਼ਾ ਹੋ ਗਿਆ ਧਰਮ ਹੋ ਗਿਆ ਜਾਤੀ ਹੋ ਗਿਆ ਇਹ ਹੈਗੀਆਂ ਪਰਸਨਲ ਚੀਜ਼ਾਂ ਇਹਨਾਂ ਬਾਰੇ ਜਦੋਂ ਵੀ ਕੋਈ ਗੱਲ ਕਰੂਗਾ ਨਾ ਤੁਸੀਂ ਇਮੋਸ਼ਨਲੀ ਅਟੈਚ ਹੋ ਜਾਂਦੇ ਹੋ ਉਹਦੇ ਨਾਲ ਤੇ ਕਈ ਵੇਲੇ ਆਪਣੇ ਦਿਮਾਗ ਦੇ ਜਿਹੜੇ ਸਾਰੇ ਖਾਨੇ ਤੁਸੀਂ ਬੰਦ ਕਰ ਦਿੰਨੇ ਆ ਠੀਕ ਹੈ ਲੌਜੀਕਲੀ ਸੋਚਣਾ ਬੰਦ ਕਰ ਦਿੰਨੇ ਤੇ ਇਮੋਸ਼ਨਲੀ ਸੋਚਦੇ ਆ ਤੇ ਉਹ ਜਿਹੜੇ ਤੁਹਾਨੂੰ ਇਹ ਚੀਜ਼ ਮਤਲਬ ਮੈਨੀਪੂਲੇਟ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਨੇ ਤੁਹਾਨੂੰ ਕਿੱਧਰ ਨੂੰ ਲੈ ਕੇ ਜਾਣਾ ਮੈਨੀਪੂਲੇਟ ਕਰਕੇ ਠੀਕ ਆ ਕਿਉਂਕਿ ਉਹਨਾਂ ਨੂੰ ਨੋਲਿਜ ਹੈਗੀ ਆ ਉਹਨਾਂ ਨੇ ਹਿਸਟਰੀ ਪੜ੍ਹੀ ਉਹਨਾਂ ਨੇ ਸਾਈਕੋਲੋਜੀ ਪੜ੍ਹੀ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜੀ ਲੋਕੀ ਆ ਇਹ ਸੋਸਾਇਟੀ ਆ ਕਿੱਦਾਂ ਵਰਕ ਕਰਦੀ ਆ ਅਸੀਂ ਆਪਣਾ ਕੰਮ ਕਿੱਦਾਂ ਕਢਾਣਾ ਆ ਅਸੀਂ ਇਹਨਾਂ ਨੂੰ ਆਪਣੇ ਨਾਲ ਕਿੰਦਾ ਜੋੜਨਾ ਆ ਅਸੀਂ ਇਹਨਾਂ ਨੂੰ ਦੂਜੀ ਪਾਰਟੀ ਜਾਂ ਦੂਜੇ ਲੋਕਾਂ ਕੋਲੋਂ ਤੋੜਨਾ ਕਿੱਦਾਂ ਆ ਤੇ ਅਸੀਂ ਜਿਹੜੇ ਆਪਸ ਦੇ ਵਿੱਚ ਲੋਕੀ ਬੈਠਿਓ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਬੋਲੀਆਂ ਦੇ ਅਲੱਗ-ਅਲੱਗ ਜਾਤਾਂ ਦੇ ਉਹਨਾਂ ਨੂੰ ਆਪਾਂ ਦੂਰ-ਦੂਰ ਕਰਕੇ ਆਪਣਾ ਫਾਇਦਾ ਕਿੱਦਾਂ ਲੈਣਾ ਹੈ। ਇਹੀ ਅਸਲੀਅਤ ਹੈ ਅਸੀਂ ਫਿਲਮਾਂ 'ਚ ਵੀ ਦੇਖਦੇ ਆਂ। ਅਸੀਂ ਆਪਸ 'ਚ ਗੱਲਾਂ ਵੀ ਕਰਦੇ ਆਂ। ਬਟ ਜਦੋਂ ਉਹ ਸਾਡੇ ਧਰਮ ਨੂੰ ਸਾਡੀ ਬੋਲੀ ਨੂੰ ਟਾਰਗੇਟ ਕਰਦੇ ਆਂ ਫੇਰ ਅਸੀਂ ਉਹਨਾਂ ਦੇ ਜਿਹੜੇ ਟ੍ਰਿਕ ਆ ਭੁੱਲ ਜਾਂਦੇ ਆਂ। ਫੇਰ ਅਸੀਂ ਇਮੋਸ਼ਨਲ ਹੋ ਜਾਂਦੇ ਜਦੋਂ ਸਾਡੇ ਦੇ ਗੱਲਾਂ ਆਂਦੀਆਂ। ਫੇਰ ਸਾਡੇ ਧਰਮ ਦੇ ਗੱਲਾਂ ਆਂਦੀਆਂ, ਸਾਡੀ ਬੋਲੀ ਦੇ ਗੱਲਾਂ ਆਂਦੀਆਂ ਨਾ। ਫੇਰ ਕਹਿੰਦੇ ਹੋਣੀ। ਹੋੜਦਾ ਸੀ ਉਹੀ ਕਰਨਾ ਜੋ ਸਾਨੂੰ ਕਰਨਾ ਚਾਹੀਦਾ ਆ ਸੋ ਇਹ ਕੋਈ ਐਡਾ ਮੁੱਦਾ ਨਹੀਂ ਹੈਗਾ ਕਿ ਇਹ ਭਾਸ਼ਾ ਖਤਮ ਹੋ ਜਾਣੀ ਆ ਹਿੰਦੀ ਨੇ ਪੰਜਾਬੀ ਦੇ ਡੋਮੀਨੇਟ ਕਰਨਾ ਆ ਜਾਂ ਹਿੰਦੀ ਵਾਲੇ ਨੇ ਆਪਣਾ ਧਰਮ ਲੈ ਕੇ ਆਣਾ ਆ ਜਾਂ ਹੋਰ ਕਿਸੇ ਦਾ ਧਰਮ ਲੈ ਕੇ ਆਣਾ ਇਹ ਮੁੱਦੇ ਹੈ ਨਹੀਂਓ ਠੀਕ ਆ ਤੇ ਪੰਜਾਬੀ ਬਾਰੇ ਗੱਲ ਕਰਦੇ ਆ ਤੇ ਉਹ ਜਿਹੜੀ ਗੱਲ ਹੋਈ ਸੀਗੀ ਕਿ ਜਿਹੜਾ ਉਚਾਰਣ ਆ ਉਹ ਗਲਤ ਹੋ ਰਿਹਾ ਇਟ ਮੀਨਸ ਕਿ ਜਿਹੜੀ ਸਾਡੀ ਭਾਸ਼ਾ ਆ ਉਹ ਅਸ਼ੁੱਧ ਹੋ ਰਹੀ ਆ ਹਨ ਹੁਣ ਇੱਥੇ ਗੱਲ ਆਂਦੀ ਆ ਅਸ਼ੁੱਧ ਤੇ ਅਸ਼ੁੱਧ ਦੀ ਹੈਨਾ ਕਿ ਜਿਹੜੀ ਸਾਡੀ ਭਾਸ਼ਾ ਆ ਉਹ ਸ਼ੁੱਧ ਹੋ ਰਹੀ ਆ ਉਹਦੇ ਚ ਹੋਰ ਸ਼ਬਦ ਆ ਰਹੇ ਆ ਜਾਂ ਮਤਲਬ ਅਸੀਂ ਜਿਹੜੇ ਆਪਣੇ ਸ਼ਬਦ ਆ ਉਹਨਾਂ ਨੂੰ ਹੋਰ ਭਾਸ਼ਾ ਦੀ ਜਿਹੜੀ ਪ੍ਰੋਨਨਸੀਏਸ਼ਨ ਆ ਜਿੱਦਾਂ ਹੋਰ ਲੋਕੀ ਆਪਣੀ ਭਾਸ਼ਾ ਬੋਲਦੇ ਆ ਅਸੀਂ ਉਹ ਤਰੀਕੇ ਨਾਲ ਆਪਣੀ ਭਾਸ਼ਾ ਬੋਲੀ ਜਾਂਦੇ ਆ ਹਨਾ ਪਰ ਭਾਸ਼ਾ ਸ਼ੁੱਧ ਅਸ਼ੁੱਧ ਕਦੀ ਨਹੀਂ ਹੁੰਦੀ ਹੈਗੀ ਕਿਉਂਕਿ ਜਦੋਂ ਭਾਸ਼ਾ ਬਣਦੀ ਆ ਹਨਾ ਉਹਦੇ ਜੋ ਬਹੁਤ ਮਿਕਸਚਰ ਹੁੰਦਾ ਅਲੱਗ-ਅਲੱਗ ਕਲਚਰਾਂ ਦਾ ਅਲੱਗ-ਅਲੱਗ ਲੋਕਾਂ ਦਾ ਕਿਉਂਕਿ ਸਾਰੇ ਸ਼ਬਦ ਇੱਕ ਜਗ੍ਹਾ ਤੇ ਨਹੀਂ ਬਣਦੇ ਹੈਗੇ ਇੱਦੀ ਪੰਜਾਬੀ ਦੇ ਸ਼ਬਦ ਵੀ ਇੱਕ ਜਗ੍ਹਾ ਤੇ ਨਹੀਂ ਬਣੇ ਹੈਗੇ ਪੰਜਾਬ 'ਚ ਨਹੀਂ ਬਣੇ ਹੈਗੇ ਤੇ ਜਿਹੜੀ ਲਿਪੀ ਆ ਉਹ ਵੀ ਪੰਜਾਬ 'ਚ ਨਹੀਂ ਪ੍ਰੋਪਰ ਬਣੀ ਹੈਗੀ ਹੈਨਾ ਉਹ ਵੀ ਕਿਸੇ ਨਾ ਕਿਸੇ ਤੋਂ ਇਨਸਪਾਇਰ ਰਿਆ ਤੇ ਜੇ ਅਸੀਂ ਭਾਸ਼ਾ ਦੀ ਗੱਲ ਕਰੀਏ ਤੇ ਪੰਜਾਬ ਪੰਜਾਬ ਜਿਹੜਾ ਸ਼ਬਦ ਹੈ ਨਾ ਉਹ ਵੀ ਇੱਕ ਫਾਰਸੀ ਭਾਸ਼ਾ ਦਾ ਸ਼ਬਦ ਆ ਜਿਹੜਾ ਪੰਜ ਆ ਫਾਰਸੀ ਭਾਸ਼ਾ ਦੇ ਵਿੱਚ ਵੀ ਪੰਜ ਜਿਹੜਾ 5 ਹੈ ਉਹ ਪੰਜ ਹੁੰਦਾ ਹੈ ਤੇ ਜਿਹੜੇ ਦਰਿਆ ਆ ਫਾਰਸੀ ਭਾਸ਼ਾ ਦੇ ਵਿੱਚ ਉਹਨੂੰ ਆਬ ਕਹਿੰਦੇ ਆ ਸੋ ਦੋ ਸ਼ਬਦ ਪੰਜ ਤੇ ਆਬ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਪੰਜ ਦਰਿਆ ਹੁੰਦੇ ਸੀਗੇ ਉਹਨਾਂ ਤੋਂ ਪੰਜਾਬ ਬਣਾਇਆ ਗਿਆ ਸੀਗਾ ਹਨਾ ਤਾਂ ਜੇ ਅਸੀਂ ਦੇਖੀਏ ਤੇ ਜਿਹੜੀ ਅਸੀਂ ਗੱਲ ਕਰਦੇ ਆ ਕਿ ਸਾਡੀ ਭਾਸ਼ਾ ਅਸ਼ੁੱਧ ਹੋ ਜਾਣੀ ਆ ਤਾਂ ਫੇਰ ਇਹਦਾ ਮਤਲਬ ਇਹ ਹੈ ਕਿ ਸਾਡੀ ਭਾਸ਼ਾ ਦਾ ਜਿਹੜੀ ਸਟਾਰਟਿੰਗ ਹੈ ਉਹੀ ਅਸ਼ੁੱਧ ਹੈ ਕਿਉਂਕਿ ਜਿਹੜਾ ਪੰਜਾਬ ਸ਼ਬਦ ਹੈ ਉਹੀ ਪੰਜਾਬੀ ਸ਼ਬਦ ਨਹੀਂ ਹੈਗਾ ਉਹੀ ਫਾਰਸੀ ਭਾਸ਼ਾ ਦਾ ਸ਼ਬਦ ਹੈ ਹਨਾ ਸੋ ਇਹ ਇੱਕ ਬੇਬੁਨਿਆਦ ਜੀਆਂ ਗੱਲਾਂ ਹੁੰਦੀਆਂ ਤੁਹਾਡੇ ਦਿਮਾਗ ਦੇ ਨਾਲ ਖੇਡਦੇ ਆ ਗੱਲਾਂ ਕਰਕੇ ਇਦਾਂ ਦੀਆਂ ਕਿ ਹਿੰਦੀ ਆ ਜਾਂ ਅੰਗਰੇਜ਼ੀ ਆ ਜਾਂ ਹੋਰ ਕੋਈ ਭਾਸ਼ਾ ਹੈ ਵੈਸੇ ਪ੍ਰੋਬਲਮ ਹੁੰਦੀ ਆ ਪੋਲੀਟੀਸ਼ੀਅਨਾਂ ਤੋਂ ਹੁਣ ਜਿਹੜੇ ਆਪਣੇ ਪੋਲੀਟੀਸ਼ੀਅਨ ਜਿਹੜੀ ਸੈਂਟਰ ਸਰਕਾਰ ਨੇ ਨਾ ਪੰਜਾਬ ਦੀ ਤੇ ਸੈਂਟਰ ਦੀ ਆਪਸ ਵਿੱਚ ਕਦੀ ਨਹੀਂ ਬਣੀ ਹੈਗੀ ਹੁਣ ਪ੍ਰੋਬਲਮ ਕੀ ਆ ਸੈਂਟਰ ਦੇ ਵਿੱਚ ਸਰਕਾਰ ਕੀ ਦੀ ਆ ਭਾਜਪੀ ਦੀ ਉਹ ਕੀ ਆ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ ਜਾਂ ਕੁਝ ਵੀ ਆ ਮਤਲਬ ਬਣਾਉਣਾ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ ਜਾਂ ਸਿਰਫ ਉਹ ਵੀ ਇੱਕ ਵੋਟਾਂ ਲਈ ਖੇਡ ਖੇਡਦੇ ਪਏ ਆ ਹਨ ਸੋ ਇਹ ਚੀਜ਼ ਸਾਨੂੰ ਡਿਵਾਈਡ ਕਰਦੀ ਆ ਤੇ ਸਾਨੂੰ ਉਹਨਾਂ ਦੇ ਐਂਟੀ ਆ ਤਾਂ ਆਲਰੇਡੀ ਅਸੀਂ ਚਲੋ ਹੈਗੇ ਹੀ ਆ ਹੁਣ ਜੇ ਉਹ ਕੋਈ ਵੀ ਗੱਲ ਕਰੂਗੇ ਤਾਂ ਸਾਨੂੰ ਉਹ ਵਧੀਆ ਨਹੀਂ ਲੱਗਣੀ ਹੈਗੀ ਚਾਹੇ ਉਹ ਸਹੀ ਗੱਲ ਵੀ ਹੋਵੇ ਹਨ ਸੋ ਹਿੰਦੀ ਤੋਂ ਨਫ਼ਰਤ ਵੈਸੇ ਨਹੀਂ ਹੋ ਰਹੀ ਹੈਗੀ ਉਹ ਹਿੰਦੀ ਤੋਂ ਨਫ਼ਰਤ ਸਿਰਫ ਤਾਂ ਹੋ ਰਹੀ ਆ ਕਿਉਂਕਿ ਮੋਦੀ ਹੋਣੀ ਹਿੰਦੂ ਆ ਮੋਦੀ ਹੋਣੀ ਹਿੰਦੀ ਪ੍ਰਮੋਟ ਕਰਦੇ ਪਏ ਆ ਹੋਰ ਅਸੀਂ ਹੋਰ ਕਿਸੇ ਭਾਸ਼ਾ ਨਾਲ ਗੱਤ ਨਹੀਂ ਨਾ ਕਰਦੇ ਹੈਗੇ ਸਾਡੇ ਗਾਣਿਆਂ ਦੇ ਵਿੱਚ ਅੰਗਰੇਜ਼ੀ ਸ਼ਬਦ ਕਿੰਨੇ ਯੂਜ਼ ਹੁੰਦੇ ਆ ਅਸੀਂ ਨਿਆਣਿਆਂ ਨੂੰ ਅੰਗਰੇਜ਼ੀ ਸਿਖਾ ਰਹੇ ਆ ਅੰਗਰੇਜ਼ੀ ਸੈਂਟਰ ਖੋਲਿਓ ਆਇਲਸ ਸੈਂਟਰ ਖੋਲਿਓ ਉਹਨਾਂ ਤੋਂ ਸਾਡੀ ਭਾਸ਼ਾ ਨੂੰ ਕਿਉਂ ਨਹੀਂ ਖਤਰਾ ਹੈਗਾ ਹਿੰਦੀ ਤੋਂ ਕਦੇ ਖਤਰਾ ਆ ਕਿਉਂ ਉਹ ਬਣਾਇਆ ਜਾ ਰਿਹਾ ਅਸਲੀਅਤ ਚ ਕੁਝ ਨਹੀਂ ਹੈਗਾ ਉਹ ਸਾਡੇ ਦਿਮਾਗ ਦੇ ਵਿੱਚ ਹੀ ਬਿਠਾਇਆ ਜਾ ਰਿਹਾ ਅਸਲੀਅਤ ਚ ਕੋਈ ਖਤਰਾ ਨਹੀਂ ਹੈਗਾ ਬਸ ਇਹ ਇਹ ਮੈਂ ਮਤਲਬ ਕਹਿੰ ਬਸ ਇਹੀ ਮੈਂ ਕਹਿਣਾ ਚਾਹੁੰਦਾ ਕਿ ਖਤਰਾ ਕੋਈ ਨਹੀਂ ਹੈਗਾ ਜਿਹੜੇ ਸ਼ਬਦ ਹੁੰਦੇ ਆ ਠੀਕ ਆ ਉਹ ਨਵੇਂ ਬਣਦੇ ਆ ਪੁਰਾਣੇ ਕਈ ਵਾਰਾ ਲੋਪ ਹੁੰਦੇ ਰਹਿੰਦੇ ਹੁਣ ਤੁਸੀਂ ਆਪ ਦੇਖੋ ਕਈ ਸ਼ਬਦ ਜਿਹੜੇ ਤੁਸੀਂ ਪਹਿਲਾਂ ਵਰਤਦੇ ਸੀਗੇ ਹੁਣ ਮੰਨ ਲਓ ਮਧਾਨੀ ਆ ਚਾਟੀ ਆ ਹੁਣ ਜੇ ਚਾਟੀ ਨਾ ਰਹੂਗੀ ਤਾਂ ਤੁਸੀਂ ਉਹ ਚਾਟੀ ਸ਼ਬਦ ਕਿੱਦਾਂ ਵਰਤੋਗੇ ਮਧਾਨੀ ਨਾ ਰਹੂਗੀ ਠੀਕ ਆ ਹੁਣ ਅਸੀਂ ਉਹਨੂੰ ਕੀ ਕਹਿੰਨੇ ਬਲੈਂਡਰ ਕਹਿ ਦਿੰਨੇ ਮਧਾਣੀ ਨੂੰ ਮਧਾਣੀ ਆਵਾ ਸ਼ਬਦ ਇਹ ਨਹੀਂ ਬੋਲਦੇ ਹੈਗੇ ਤਾਂ ਕੀ ਉਹ ਚੀਜ਼ ਤੇ ਕੋਈ ਫਰਕ ਪੈ ਰਿਹਾ ਹੈਗਾ ਤੁਸੀਂ ਆਪ ਸੋਚੋ ਹੁਣ ਤੁਸੀਂ ਬਨਾਣਾ ਸ਼ੇਕ ਬਣਾਣੇ ਆ ਹਨ ਅਸੀਂ ਪਹਿਲਾਂ ਲੱਸੀ ਬਣਾਉਂਦੇ ਹੁੰਦੇ ਸੀ ਚਾਟੀ ਦੇ ਵਿੱਚ ਮਧਾਣੀ ਦੇ ਨਾਲ ਹੁਣ ਬਨਾਣਾ ਸ਼ੇਕ ਬਣਾਣੇ ਆ ਬਲੈਂਡਰ ਦੇ ਵਿੱਚ ਪ੍ਰੋਸੈਸ ਸੇਮੀ ਹੈ ਠੀਕ ਹੈ ਉਹਦੇ ਨਾਲ ਕੋਈ ਫਰਕ ਪੈ ਰਿਹਾ ਕੀ ਬਲੈਂਡਰ ਕਹਣ ਦੇ ਨਾਲ ਅੰਗਰੇਜ਼ੀ ਭਾਸ਼ਾ ਜਿਹੜੀ ਸਾਡੇ ਪੰਜਾਬੀਆਂ ਦੇ ਡੋਮੀਨੇਟ ਕਰਦੀ ਪਈ ਆ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਬਾਕੀ ਜੇ ਕਿਸੇ ਨੂੰ ਲੱਗਦਾ ਆ ਕਿ ਮੈਨੂੰ ਗਲਤ ਲੱਗਦਾ ਆ ਤੇ ਉਹਨਾਂ ਨੂੰ ਸਹੀ ਲੱਗਦਾ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਸ਼ਾਇਦ ਮੈਂ ਕਿਸੇ ਹੋ ਟ੍ਰੈਕ ਤੇ ਚੱਲ ਰਿਹਾ ਹਾਂ ਮੈਨੂੰ ਚੀਜ਼ો ਨਹੀਂ ਸਮਝ ਆ ਰਹੀ ਹੋਵੇ ਜਿਹੜੀ ਕਿ ਤੁਹਾਨੂੰ ਸਮਝ ਆ ਰਹੀ ਆ ਕਿ ਸਾਡੀ ਭਾਸ਼ਾ ਨੂੰ ਹੋਰ ਭਾਸ਼ਾ ਤੋਂ ਖਤਰਾ ਆਇਆ ਹਨ ਹੁਣ ਪੰਜਾਬੀ ਕੀ ਆ ਪੰਜਾਬੀ ਭਾਸ਼ਾ ਨੂੰ ਇੱਕ ਆਈਡੈਂਟੀਟੀ ਬਣਾਇਆ ਆ ਕਿ ਪੰਜਾਬੀ ਭਾਸ਼ਾ ਸਾਡੀ ਆਈਡੈਂਟੀਟੀ ਆ ਜੇ ਪੰਜਾਬੀ ਭਾਸ਼ਾ ਖਤਮ ਹੋ ਗਈ ਸਾਡੇ ਰੀਤੀ ਰਿਵਾਜ ਖਤਮ ਹੋ ਜਾਣੇ ਸਾਡਾ ਕਲਚਰ ਖਤਮ ਹੋ ਜਾਣਾ ਆ ਠੀਕ ਆ ਸਾਡੇ ਲੋਕ ਗੀਤ ਖਤਮ ਹੋ ਜਾਣੇ ਸਾਨੂੰ ਪਤਾ ਹੀ ਨਹੀਂ ਰਹਿਣਾ ਅਸੀਂ ਕਿੱਲਰ ਜਣਾ ਅਸੀਂ ਗਵਾਚ ਜਾਣਾ ਹਨਾ ਸੋ ਇਹ ਵੀ ਇੱਕ ਪ੍ਰੋਬਲਮ ਹੈ ਕਿ ਜੇ ਭਾਸ਼ਾ ਖਤਮ ਹੋ ਗਈ ਤਾਂ ਕੀ ਫਿਰ ਸਾਡਾ ਕੀ ਹੋਊਗਾ ਕੀ ਸਾਡੇ ਜਿਹੜੇ ਰੀਤੀ ਰਿਵਾਜ ਹੈ ਜਿੱਦਾਂ ਅਸੀਂ ਵਿਆਹ ਕਰਦੇ ਆ ਠੀਕ ਹੈ ਜਿਹੜੇ ਸਾਡੇ ਲੋਕ ਗੀਤ ਆ ਉਹ ਸਾਰਾ ਕੁਝ ਖਤਮ ਹੋ ਜਾਊਗਾ ਈਦੇ ਲਈ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਵਾਰੀ ਹਿਸਟਰੀ ਦੇਖੋ ਪੰਜਾਬ ਦੀ ਧਰਤੀ ਆ ਅੱਜ ਤੋਂ 4000 ਸਾਲ ਪਹਿਲਾਂ 3500 ਸਾਲ ਪਹਿਲਾਂ ਜਿੰਨਾ ਵੀ ਚਲੋ ਲਾ ਲਓ ਜਦੋਂ ਇੱਥੇ ਸਿੱਧੂ ਘਾਟੀ ਸਭਿਅਤਾ ਹੁੰਦੀ ਸੀਗੀ ਠੀਕ ਆ ਉਹਨਾਂ ਦੀ ਭਾਸ਼ਾ ਕੁਝ ਹੋਰ ਸੀਗੀ ਉਹਨਾਂ ਦਾ ਲਾਈਫਸਟਾਈਲ ਕੁਝ ਹੋਰ ਸੀਗਾ ਉਹਨਾਂ ਦੇ ਕੱਪੜੇ ਕੁਝ ਹੋਰ ਤਰੀਕੇ ਦੇ ਸੀਗੇ ਉਹਨਾਂ ਦਾ ਖਾਣਾ ਪੀਣਾ ਸਾਨੂੰ ਨਹੀਂ ਪਤਾ ਕਿੱਦਾਂ ਦਾ ਸੀਗਾ ਸਾਨੂੰ ਮਤਲਬ ਉਹਨਾਂ ਦੇ ਬਾਰੇ ਕੁਝ ਨਹੀਂ ਪਤਾ ਹੈਗਾ ਪਰ ਹੈਗੇ ਉਹ ਕਿੱਥੇ ਸੀਗੇ ਪੰਜਾਬ ਦੀ ਧਰਤੀ ਤੇ ਉਹ ਵੀ ਜੀਂਦੇ ਸੀਗੇ ਵਧੀਆ ਜੀਂਦੇ ਸੀਗੇ ਉਹਨਾਂ ਦਾ ਆਪਣਾ ਘਰ-ਬਾਰ ਸੀਗਾ ਸਾਰਾ ਕੁਝ ਵਧੀਆ ਚੱਲਦਾ ਪਿਆ ਸੀਗਾ ਉਹ ਸਾਰਾ ਕੁਝ ਖਤਮ ਹੋ ਗਿਆ ਉਹਨਾਂ ਦੀ ਜਗ੍ਹਾ ਤੇ ਹੁਣ ਅਸੀਂ ਆਪਣੇ ਆਪ ਨੂੰ ਦੇਖੀਏ ਸਾਡੇ ਕੋਲ ਸਾਡੇ ਆਪਣੇ ਰੀਤੀ ਰਿਵਾਜ ਆ ਵਿਆਹ ਕਰਨ ਦੇ ਤਰੀਕੇ ਆ ਲੋਕਾਂ ਨੂੰ ਮਿਲਣ ਜੁਲਣ ਦੇ ਤਰੀਕੇ ਆ ਸਾਡਾ ਆਪਣਾ ਬਿਹੇਵੀਅਰ ਆ ਠੀਕ ਹੈ ਅਸੀਂ ਪੜਦੇ ਹਾਂ ਅਲੱਗ-ਅਲੱਗ ਤਰੀਕੇ ਦੀਆਂ ਚੀਜ਼ਾਂ ਪੜਦੇ ਹਾਂ ਟੌਪਿਕ ਤੇ ਪੜਦੇ ਸਾਡੇ ਸਕੂਲ ਹੋ ਗਏ ਕਾਲਜ ਹੋ ਗਏ ਮਤਲਬ ਬਹੁਤ ਚੀਜ਼ਾਂ ਹੋ ਗਈਆਂ ਮੈਡੀਕਲ ਡਿਫਰੈਂਟ ਹੋ ਗਿਆ ਹਨਾ ਮੈਡੀਕਲ ਵਾਲਾ ਜਿਹੜਾ ਵੀ ਅਧਾਰਾ ਹੈਗਾ ਉਹ ਸਾਰਾ ਕੁਝ ਡਿਫਰੈਂਟ ਹੋ ਗਿਆ ਜਿਹੜੇ ਸਰਕਾਰੀ ਕੰਮ ਆ ਅਲੱਗ ਤਰੀਕੇ ਨਾਲ ਹੋਣ ਲੱਗ ਪਏ ਆ ਜਿਹੜੇ ਆਵਾਜਾਈ ਦੇ ਸਾਧਨ ਨੇ ਆ ਉਹ ਚੇਂਜ ਹੋ ਗਏ ਸਾਰਾ ਕੁਝ ਚੇਂਜ ਹੋ ਗਿਆ ਕੀ ਦੋ ਸੋਚੀਏ ਕਿ ਜੇ ਸਾਡਾ ਸਾਰਾ ਕੁਝ ਖਤਮ ਹੋ ਜਾਣਾ ਤਾਂ ਸਾਡਾ ਕੀ ਹੋਊਗਾ ਆਈਡੈਂਟੀਟੀ ਇੱਕ ਆਈਡੈਂਟੀਟੀ ਹੈ ਕੀ ਹੈ ਇਹ ਐਡੀ ਪ੍ਰੋਬਲਮ ਘਾਤੇ ਆ ਠੀਕ ਹੈ ਸਾਡਾ ਮੇਨ ਪਰਪਸ ਕੀ ਹੈ ਪਹਿਲੀ ਗੱਲ ਤਾਂ ਸਾਨੂੰ ਇਹੀ ਪਤਾ ਹੋਣਾ ਚਾਹੀਦਾ ਕਿ ਸਾਡਾ ਪਰਪਸ ਕੀ ਆ ਠੀਕ ਆ ਹੁਣ ਇਹਨਾਂ ਨੇ ਕੀ ਕੀਤਾ ਹਰੇਕ ਚੀਜ਼ ਨੂੰ ਵੰਡ ਕੇ ਰੱਖਿਆ ਇੱਕ ਧਰਤੀ ਆ ਪੂਰੀ ਇੱਕ ਧਰਤੀ ਆ ਉਹਨੂੰ ਪਹਿਲਾਂ ਸੱਤ ਕੰਟੀਨੈਂਟ ਦੇ ਵਿੱਚ ਵੰਡਿਆ ਕੰਟੀਨੈਂਟ ਤੋਂ ਬਾਅਦ ਦੇਸ਼ਾਂ ਦੇ ਵਿੱਚ ਵੰਡਿਆ ਦੇਸ਼ਾਂ ਤੋਂ ਬਾਅਦ ਸਟੇਟਾਂ ਦੇ ਵਿੱਚ ਵੰਡਿਆ ਸਟੇਟਾਂ ਤੋਂ ਬਾਅਦ ਡਿਸਟ੍ਰਿਕਟਾਂ ਦੇ ਵਿੱਚ ਵੰਡਿਆ ਡਿਸਟ੍ਰਿਕਟਾਂ ਤੋਂ ਬਾਅਦ ਬਲਾਕ ਦੇ ਵਿੱਚ ਵੰਡਿਆ ਬਲਾਕ ਤੋਂ ਬਾਅਦ ਪਿੰਡਾਂ ਦੇ ਵਿੱਚ ਵੰਡਿਆ ਠੀਕ ਆ ਹੈ ਸਾਰੀ ਚੀਜ਼ ਇੱਕੋ ਹੀ ਆ ਪਰ ਸਾਨੂੰ ਇਹਨਾਂ ਨੇ ਇੱਕ ਚੀਜ਼ ਰਹਿਣ ਨਹੀਂ ਦੇਣੀ ਕਿਹਨਾਂ ਨੇ ਪੋਲਿਟਿਸ਼ੀਅਨਾਂ ਨੇ ਬਿਜ਼ਨਸਮੈਨਾਂ ਨੇ ਕਿਉਂਕਿ ਉਹਨਾਂ ਨੇ ਸਾਨੂੰ ਅਲੱਗ-ਅਲੱਗ ਰੱਖ ਕੇ ਆਪਣਾ ਜਿਹੜਾ ਪਰਪਸ ਹੈ ਉਹ ਪੂਰਾ ਕਰਨਾ ਹੁਣ ਹੁਣ ਮੇਰੇ ਇੱਥੇ ਸਿੱਧੂ ਘਾਟੀ ਸੱਭਿਆਚਾਰ ਦਾ ਮੈਂਸ਼ਨ ਕਰਨ ਦਾ ਮਕਸਦ ਇਹ ਹੈ ਕਿ ਉਹ ਵੀ ਲੋਕ ਜਿੰਦੇ ਸੀਗੇ ਉਹਨਾਂ ਦਾ ਸਾਰਾ ਕੁਝ ਖਤਮ ਹੋ ਗਿਆ ਸਾਰੇ ਰੀਤੀ ਰਿਵਾਜ ਖਤਮ ਹੋ ਗਏ ਅਸੀਂ ਆਪਣੇ ਬਣਾ ਲੈ ਅਸੀਂ ਵੀ ਆਪਣੇ ਹੁਣ ਤੌਰ ਤਰੀਕੇ ਨਾਲ ਸਾਰਾ ਕੁਝ ਕਰਦੇ ਆਂ ਫੇਰ ਕੀ ਜੇ ਉਹ ਖਤਮ ਹੋ ਜੂਗਾ ਸਾਰਾ ਕੁਝ ਜੋ ਅੱਜ ਆ ਰੀ ਨੂੰ ਅਸੀਂ ਅੱਜ ਪਿਆਰ ਕਰਦੇ ਹਾਂ ਕਿ ਇਹ ਚੀਜ਼ ਸਾਡੀ ਆ ਇਹ ਚੀਜ਼ ਸਾਡੀ ਆ ਕਿ ਤੁਹਾਨੂੰ ਪਤਾ ਹੈ ਸਾਡੀ ਬਣੀ ਕਦੋਂ ਸਾਡੀ ਅਸਲੀਅਤ ਕੀ ਆ ਅਸੀਂ ਕਿੱਥੋਂ ਆਏ ਆ ਕਿੱਥੋਂ ਸ਼ੁਰੂ ਹੋਏ ਆ ਸਾਨੂੰ ਪਤਾ ਹੀ ਨਹੀਂ ਹੈਗਾ ਹੁਣ ਸਿੱਧੂ ਘਾਟੀ ਸਭੇ ਦਾ ਦੀ ਆਪਣੀ ਲੈਂਗੁਏਜ ਸੀਗੀ ਸੰਸਕ੍ਰਿਤ ਸੀਗੀ ਫਿਰ ਉਸਲੇ ਭਾਰਤ ਦੇ ਵਿੱਚ ਵੀ ਸੰਸਕ੍ਰਿਤ ਬੋਲਦੇ ਸੀਗੇ ਲਿਪੀ ਹੋਰ ਸੀ ਸਾਊਥ ਬੋਲਰ ਲਿਪੀ ਹੋਰ ਸੀ ਸਾਡੇ ਬੋਲਰ ਲਿਪੀ ਹੋਰ ਸੀ ਫਿਰ ਉਧਰ ਤਾਮਿਲ ਤੇ ਤੇਲਗੂ ਲੈਂਗੁਏਜ ਵੀ ਸੀਗੀ ਉਸ ਵੇਲੇ ਠੀਕ ਹੈ ਹੁਣ ਬ੍ਰਹਮੀ ਇੱਕ ਲਿਪੀ ਹੁੰਦੀ ਸੀ ਜਿਹਦੇ ਜਿਹਨੂੰ ਭਾਰਤ ਕੇ ਸਾਰੀਆਂ ਭਾਸ਼ਾਵਾਂ ਲਿਖੀਆਂ ਜਾਂਦੀਆਂ ਹੁੰਦੀਆਂ ਸੀ ਇੱਕ ਹੋ ਸੀਗਾ ਬ੍ਰਹਮੀ ਲਿਪੀ ਦਾ ਸਾਊਥ ਪਾਰਟ ਮਤਲਬ ਕੀ ਕਹਿੰਦੇ ਮਨ ਦੱਖਣੀ ਬ੍ਰਹਮੀ ਲਿਪੀ ਹੈ ਦਾ ਕੁਛ ਸੀਗਾ ਕਿ ਜਿਹੜੀ ਕਿ ਲਿਪੀ ਭਾਰਤ ਕੇ ਤਾਮਿਲ ਤੇ ਤੇਲਗੂ ਜਿਹੜੀਆਂ ਭਾਸ਼ਾ ਮਤਲਬ ਲਿਖਦੇ ਸੀਗੇ ਭਾਸ਼ਾ ਹਨ ਤੇ ਬਾਕੀ ਜਿਹੜੀ ਉੱਤਰੀ ਵਾਲੀ ਆ ਤੇ ਇਹਨੂੰ ਭਾਰਤ ਕੇ ਅਸੀਂ ਮਤਲਬ ਸੰਸਕ੍ਰਿਤ ਲਿਖਦੇ ਸੀ ਹੁਣ ਉਤ ਤੋਂ ਬਾਅਦ ਹਿੰਦੀ ਹੋ ਗਈ ਜਾਂ ਹੋਰ ਕਿੰਨੀਆਂ ਭਾਸ਼ਾ ਨਿਕਲੀਆਂ ਹਨ ਤੁਜੀ ਮੈਂ ਪੰਜਾਬ ਦੀ ਗੱਲ ਕਰਾਂ ਮਤਲਬ ਮੇਰੇ ਇਹ ਸਾਰਾ ਕੁਝ ਦੱਸ ਤਾਰੀਆਂ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਜਿਹੜੀ ਚੀਜ਼ ਤੋਂ ਤੁਹਾਨੂੰ ਡਰਾਇਆ ਜਾ ਰਿਹਾ ਆ ਕਿ ਉਹ ਅਸਲੀਅਤ 'ਚ ਡਰ ਹੈ ਵੀ ਆ ਕਿ ਨਹੀਂ ਤੇ ਸੰਸਕ੍ਰਿਤ ਭਾਸ਼ਾ ਸੀਗੀ ਉਹ ਖਤਮ ਹੋ ਗਈ ਅਸੀਂ ਪੰਜਾਬ ਦੇ ਵਿੱਚ ਸੰਸਕ੍ਰਿਤ ਨਹੀਂ ਬੋਲਦੇ ਪੰਜਾਬ ਦੇ ਲੋਕੀ ਇੱਕ ਟਾਈਮ ਤੇ ਪ੍ਰਾਕ੍ਰਿਤ ਵੀ ਬੋਲਦੇ ਸੀਗੇ ਉਹ ਵੀ ਖਤਮ ਹੋ ਗਈ ਠੀਕ ਆ ਤੇ ਉਹਨਾਂ ਦੇ ਵੀ ਆਪਣੇ ਰੀਤੀ ਰਿਵਾਜ ਹੋਣੇ ਆ ਆਪਣੇ ਤੌਰ ਤਰੀਕੇ ਹੋਣੇ ਆ ਉਸ ਤੋਂ ਬਾਅਦ ਆਪਣੀ ਪੰਜਾਬੀ ਭਾਸ਼ਾ ਆ ਪੰਜਾਬੀ ਭਾਸ਼ਾ ਦੇ ਆਪਣੇ ਤੌਰ ਤਰੀਕੇ ਆ ਸਾਡੇ ਆਪਣੇ ਲੋਕ ਗੀਤ ਆ ਆਪਾਂ ਲੋਕਾਂ ਦਾ ਰਹਿਣਾ ਸਹਿਣਾ ਹੋਰ ਪਰ ਲੋਕ ਉਹੀ ਆ ਸੀ ਇਦਾਂ ਨਹੀਂ ਹੈਗਾ ਕਿ ਸੰਸਕ੍ਰਿਤ ਭਾਸ਼ਾ ਵਾਲੇ ਲੋਕ ਚੱਲ ਗਏ ਤੇ ਅਸੀਂ ਉਹਨਾਂ ਨੂੰ ਰਿਪਲੇਸ ਕਰਕੇ ਆ ਗਏ ਠੀਕ ਆ ਪ੍ਰਾਕ੍ਰਿਤ ਭਾਸ਼ਾ ਵਾਲੇ ਲੋਕ ਹੋਰ ਸੀਗੇ ਉਹਨਾਂ ਦੀ ਜਗ੍ਹਾ ਤੇ ਉਹ ਸਾਡੇ ਹੀ ਐਂਸੈਸਟਰ ਸੀਗੇ ਸਿੱਧੂ ਘਾਟੀ ਵਾਲੇ ਸਾਡੇ ਹੀ ਐਂਸੈਸਟਰ ਸੀਗੇ ਉਹ ਸਾਡੇ ਪੂਰਵਜ ਸੀਗੇ ਸੋ ਉਹ ਇੱਕੋ ਹੀ ਲੇਨ ਚੱਲਦੀ ਆ ਰਹੀ ਆ ਇੱਥੇ ਤੱਕ ਪਰ ਉੱਥੋਂ ਲੈ ਕੇ ਇੱਥੇ ਤੱਕ ਕਿੰਨੀਆਂ ਭਾਸ਼ਾਵਾਂ ਚੇਂਜ ਹੋਈਆਂ ਕਿੰਨੇ ਰੀਤੀ ਰਿਵਾਜ ਚੇਂਜ ਹੋਏ ਕੰਮਕਾਰ ਚੇਂਜ ਹੋਏ ਸਾਰਾ ਕੁਝ ਚੇਂਜ ਹੋਇਆ ਕਿ ਉਹਦੇ ਨਾਲ ਸਾਡੀ ਲਾਈਫ ਦੇ ਕੁਝ ਫਰਕ ਪਿਆ ਕਿ ਸਾਡੀ ਲਾਈਫ ਥੱਲੇ ਨੂੰ ਚੱਲ ਗਈ ਡਾਊਨ ਹੋ ਗਈ ਡਿਸਟਾਰਟ ਹੋ ਗਈ ਸਾਡੀ ਕੋਈ ਆਈਡੈਂਟੀਟੀ ਨਹੀਂ ਰਹੀ ਅਸੀਂ ਆਈਡੈਂਟੀਟੀ ਨਵੀਂ ਬਣਾਈ ਆ ਹੁਣ ਐਸ ਵੇਲੇ ਜਿਹੜੀ ਆਈਡੈਂਟੀਟੀ ਦੀ ਗੱਲ ਕਰਦੇ ਆ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਕੋਈ ਆਈਡੈਂਟੀਟੀ ਥੋੜੀ ਆ ਪੰਜਾਬ ਦੀ ਆਈਡੈਂਟੀਟੀ ਇੱਕ ਵਾਰੀਅਰ ਕੌਮ ਦੇ ਨਾਤੇ ਇੱਕ ਸਿੱਖਾਂ ਦੇ ਨਾਤੇ ਇੱਕ ਹੁੰਦੀ ਸੀ ਉਹ ਸਾਡੀ ਆਈਡੈਂਟੀਟੀ ਆ ਜਿੱਥੋਂ ਪਛਾਣੇ ਜਾਂਦੇ ਇਹ ਕੌਣ ਨੇ ਆ ਇਹ ਵਾਰੀਅਰ ਆ ਪੰਜਾਬੀ ਭਾਸ਼ਾ ਇੱਕ ਭਾਸ਼ਾ ਆ ਪਰ ਇਹਨੂੰ ਕਿਸੇ ਹੋਰ ਤਰੀਕੇ ਨਾਲ ਸਰਵ ਕੀਤਾ ਜਾ ਰਿਹਾ ਹੈ ਤੇ ਇਹਨੂੰ ਹਰੇਕ ਚੀਜ਼ ਦੇ ਨਾਲ ਹੀ ਜੋੜਿਆ ਰਿਹਾ ਧਰਮ ਦੇ ਨਾਲ ਇਹਨੂੰ ਜੋੜਿਆ ਰੀਤੀ ਰਿਵਾਜਾਂ ਦੇ ਨਾਲ ਇਹਨੂੰ ਜੋੜਿਆ ਜਾ ਹੁਣ ਰੀਤੀ ਰਿਵਾਜ ਇੱਕ ਸਿੰਪਲ ਜੀ ਗੱਲ ਆ ਸਾਡੇ ਘਰਾਂ ਦੇ ਵਿੱਚ ਵਿਆਹ ਹੁੰਦੇ ਆ ਮਾਈਆਂ ਲੱਗਦਾ ਆ ਮਾਈਏ ਦਾ ਮਕਸਦ ਕੀ ਹੁੰਦਾ ਆ ਉਹ ਜਿਹੜਾ ਇੱਕ ਲੇਪ ਜਿਆ ਤਿਆਰ ਕੀਤਾ ਆ ਹੁੰਦਾ ਠੀਕ ਆ ਉਹ ਵਿਆਹ ਤੋਂ ਪਹਿਲਾਂ ਬੰਦੇ ਮੁੰਡੇ ਦੇ ਕੁੜੀ ਦੇ ਲਾਂਦੇ ਆ ਉਹ ਸਾਡਾ ਰਿਵਾਜ ਆ ਹਨਾ ਤੇ ਉਹ ਇੱਕ ਬਹੁਤ ਇੰਪੋਰਟੈਂਟ ਪਾਰਟ ਆ ਵਿਆਹ ਦਾ ਜਿਹੜੇ 3 ਦਿਨ ਹੁੰਦੇ ਆ ਨਾ ਪਹਿਲੇ 2 ਦਿਨ ਮਾਈਆਂ ਲੱਗਦਾ ਕਿ ਪਹਿਲੇ ਦਿਨ ਲੱਗਦਾ ਦੂਜੇ ਦਿਨ ਆਪਾਂ ਕਿਸੇ ਹੋਰ ਦੇ ਘਰ ਜਾ ਕੇ ਮਾਈਆਂ ਲਾਣੇ ਆ ਤੀਜੇ ਦਿਨ ਵਿਆਹ ਹੁੰਦਾ ਆ ਹੁਣ ਉਹ ਲੇਪ ਲੱਗਦਾ ਆ ਕ੍ਰਿਆਟੀ ਦਾ ਉਦੇ ਵਿੱਚ ਮੇਰੇ ਖਿਆਲ ਨਾਲ ਥੋੜੀ ਜਿਹੀ ਹਲਦੀ ਪਾਉਂਦੇ ਆ ਦਹੀਂ ਪਾਉਂਦੇ ਆ ਠੀਕ ਹੈ ਕਿ ਲੇਪ ਜਿਆ ਤਿਆਰ ਕਰਦੇ ਆ ਤੇ ਸਰੀਰ ਤੇ ਲਾਉਂਦੇ ਆ ਹੁਣ ਉਹ ਕੀ ਆ ਉਹ ਇੱਕ ਤਰੀਕੇ ਦਾ ਫੇਸ ਪੈਕ ਹੀ ਆ ਉਹ ਸਾਡੀ ਜਿਹੜੀ ਚਮੜੀ ਆ ਉਹਦੀ ਸਫਾਈ ਕਰਦਾ ਜਾਂ ਉਹਨੂੰ ਬ੍ਰਾਈਟ ਕਰਦਾ ਹੈ ਹੋਰ ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਉਹ ਚ ਕੋਈ ਹੋਰ ਮਤਲਬ ਕੋਈ ਪਰਪਸ ਹੋਊਗਾ ਉਸ ਚੀਜ਼ ਦਾ ਹਨਾ ਹੁਣ ਉਸ ਵੇਲੇ resources ਜਾਂ desi ਚੀਜ਼ਾਂ ਹੁੰਦੀਆਂ ਇਹੀ ਸੀਗੇ ਵਿਆਹ ਹੁਣ ਵਿਆਹ ਵਾਲੇ ਦਿੰਦਾ ਕਿਉਂਕਿ ਸੋਨਾ ਲੱਗਣਾ ਹੁੰਦਾ ਬੰਦੇ ਨੇ ਉਸ ਵੇਲੇ ਸਾਡੇ ਕੋਲ ਇਹੀ ਸੀਗਾ ਕਿ ਕ੍ਰੀਏਟਿਵ ਵਗੈਰਾ ਲਾ ਕੇ ਇੱਕ ਕੋਲ ਤਿਆਰ ਕਰੋ ਮੂੰਹ ਤੇ ਲਾਓ ਬਾਹਾਂ ਤੇ ਲਾਓ ਸਰੀਰ ਸਾਫ਼ ਹੋ ਜਾਣਾ ਸਰੀਰ ਚਿੱਟਾ ਹੋ ਜਾਣਾ ਹੈ ਹੁਣ ਕੀ ਆ ਗਿਆ ਹੁਣ ਹੌਲੀ ਹੌਲੀ ਟੈਕਨੋਲੋਜੀ ਆ ਗਈ ਆ ਕੈਮੀਕਲ ਬਣ ਗਏ ਆ ਹੁਣ ਤੁਸੀਂ ਸਲੂਨ ਤੇ ਜਾਂਦੇ ਆ ਮਤਲਬ ਫੇਸ ਪੈਕ ਫੇਸ ਵੋਸ਼ ਠੀਕ ਆ ਬਾਹਾਂ ਤੇ ਲਾਣ ਨੂੰ ਲੱਤਾਂ ਤੇ ਲਾਣ ਨੂੰ ਪਤਾ ਨਹੀਂ ਕਿੰਨਾ ਕੁਝ ਆ ਚੁੱਕਾ ਆ ਹੁਣ ਇੱਕ ਦਿਨ ਠੀਕ ਹੈ ਜੇ ਇਹ ਸਾਰਾ ਕੁਝ ਖਤਮ ਹੋ ਜਾਊਗਾ ਤਾਂ ਫਿਰ ਸਾਡੇ ਵਿਆਹ ਨਹੀਂ ਹੋਊਗੇ ਜੇ ਹੁਣ ਮਾਈਆਂ ਖਤਮ ਹੋ ਜਾਊਗਾ ਮੰਨ ਲਓ ਪਹਿਲੀ ਗੱਲ ਤਾਂ ਮਾਈਆਂ ਖਤਮ ਨਹੀਂ ਹੋਣਾ ਕਿਉਂਕਿ ਅਸੀਂ ਉਹਨੂੰ ਕੁਝ ਉਹਦਾ ਪਰਪਸ ਕੁਝ ਹੋਰ ਸੀਗਾ ਅਸੀਂ ਬਣਾਉ ਕੁਝ ਹੋਰ ਦਿੱਤਾ ਆ ਠੀਕ ਹੈ ਤੀਜੀ ਮੰਨ ਲਓ ਅਜ ਤੋ 10 ਸਾਲ 20 ਸਾਲ ਬਾਅਦ ਪਤਾ ਲੱਗਦਾ ਵੀ ਇਹਦਾ ਪਰਪਸ ਕੀ ਸੀ ਤੇ ਬੰਦਾ ਜਨਾਨੀ ਕੁੜੀ ਕਹਿੰਦੀ ਆ ਕਿ ਠੀਕ ਹੈ ਯਾਰ ਇਹਦਾ ਪਰਪਸ ਆਹੀ ਸੀਗਾ ਮੈਂ ਕਿਸੇ ਹੋਰ ਜਗ੍ਹਾ ਜਾ ਕੇ ਸਲੂਨ ਤੇ ਜਾ ਕੇ ਆਪਾਂ ਆਪਣਾ ਕੰਮ ਕਰਾ ਲੰਨੇ ਜਿਹੜਾ ਕਰਨਾ ਹੀ ਸੀਗਾ ਠੀਕ ਹੈ ਉਹਦੇ ਵਿੱਚ ਪੂਰਾ ਦਿਨ ਵੇਸਟ ਕਰਨ ਦੀ ਲੋੜ ਕੀ ਆ ਕੀ ਉਹਦੇ ਨਾਲ ਸਾਨੂੰ ਕੋਈ ਫਰਕ ਪਊਗਾ ਕੀ ਉਹਦੇ ਨਾਲ ਵਿਆਹ 'ਚ ਕੋਈ ਫਰਕ ਪਊਗਾ ਹਾਂ ਇੱਕ ਇਹ ਆ ਕਿ ਉਹਦੇ ਬਹਾਨੇ ਲੋਕ ਇਕੱਠੇ ਹੋ ਜਾਂਦੇ ਹੁੰਦੇ ਸੀ ਹੁਣ ਉਹ ਇਕੱਠੇ ਨਹੀਂ ਹੋਊਗੇ ਠੀਕ ਹੈ ਸ਼ਾਇਦ ਉਹ ਇੱਕ ਦਿਨ ਵੀ ਘੱਟ ਜਾਵੇ ਵਿਆਹ ਜਾਂ ਦੋ ਦਿਨ ਜਿਹੜੇ ਹੁੰਦੇ ਉਹ ਘੱਟ ਜਾਣ ਵਿਆਹ ਸਿੱਧਾ ਸਿਰਫ ਇੱਕ ਦਿਨ ਹੋਣ ਲੱਗ ਪਵੇ ਵਿਆਹ ਦਾ ਪਰਪਸ ਤਾਂ ਉਹੀ ਸੀਗਾ ਠੀਕ ਹੈ ਹੁਣ ਜਦੋਂ ਮਾਈਆਂ ਲੱਗਦਾ ਆ ਮਾਈਆਂ ਤੋਂ ਬਾਅਦ ਜਦੋਂ ਉਹ ਮਤਲਬ ਮੁੰਡੇ ਦੀ ਜਾਂ ਕੁੜੀ ਦੀ ਮੰਮੀ ਠੀਕ ਹੈ ਉਹ ਸਾਫ਼ ਕਰਦੀ ਆ ਜਿੱਥੇ ਮਾਈਆਂ ਲੱਗਾ ਆ ਹੁੰਦਾ ਚੌਂਕਾ ਜਿਹੜਾ ਬਣਾਇਆ ਹੁੰਦਾ ਉਹ ਹੱਥ ਦੋਨੋਂ ਇਦਾਂ ਲਾ ਕੇ ਅਸੀਂ ਕੰਨ ਤੇ ਜਾਂ ਦਰਵਾਜ਼ੇ ਦੇ ਬਾਅਦ ਜਿਹੜੀ ਕੰਨ ਹੁੰਦੀ ਕਿਤੇ ਵੀ ਹੱਥ ਲਾਣੇ ਆ ਉਹਦਾ ਪਰਪਸ ਕੀ ਆ ਠੀਕ ਹੈ ਮੈਨੂੰ ਉਹਦਾ ਵੈਸੇ ਪਤਾ ਨਹੀਂ ਹੈਗਾ ਉਹਦਾ ਪਰਪਸ ਕੀ ਆ ਪਰ ਜੇ ਉਹ ਜਿਹੜਾ ਰਿਵਾਜ ਆ ਜੇ ਉਹ ਖਤਮ ਹੋ ਜਵੇ ਤਾਂ ਕੀ ਹੋਊਗਾ ਬਲ ਸੋਚਿਓ ਇਦਾਂ ਦੇ ਜਿਹੜੇ ਛੋਟੇ-ਛੋਟੇ ਰਿਵਾਜ ਆ ਨਾ ਜੇ ਉਹ ਖਤਮ ਹੋ ਜੂਗੇ ਤਾਂ ਕੀ ਹੋ ਜਾਊਗਾ ਕੁਝ ਵੀ ਨਹੀਂ ਹੋਣਾ ਹੈਗਾ ਪਰ ਡਰਾਇਆ ਜਾ ਰਿਹਾ ਕਿ ਸਾਡੇ ਰੀਤੀ ਰਿਵਾਜ ਪਹਿਲਾਂ ਆਪਣੇ ਇਹ ਦੇਖੋ ਅਸੀਂ ਕਿ ਸਾਡੇ ਰੀਤੀ ਰਿਵਾਜ ਹੈ ਕਿਹੜੇ ਆ ਉਹਨਾਂ ਦਾ ਪਰਪਸ ਕੀ ਆ ਕਾਤੇ ਆ ਕੀ ਇਹ ਜੋ ਖਤਮ ਹੋ ਜੂਗੇ ਅਸੀਂ ਖਿੱਲਰ ਜਾਵਾਂਗੇ ਅਸੀਂ ਜਿਹੜੇ ਪੰਜਾਬੀ ਆ ਕੀ ਮਤਲਬ ਕੋਈ ਪ੍ਰਲୟ ਆਜੂਗੀ ਸਾਡਾ ਜਿਹੜਾ ਸਮਾਜ ਆ ਉਹਦੇ ਚ ਕੀ ਮਤਲਬ ਆਪਸ ਚ ਸਿਵਲ ਵਾਰ ਚੱਲਣ ਲੱਪੂਗੀ ਕੀ ਹੋ ਜੂਗਾ ਮਤਲਬ ਸੋ ਇਹ ਚੀਜ਼ਾਂ ਦੇ ਨਾਂ ਤੇ ਸਿਰਫ ਸਾਨੂੰ ਡਰਾਇਆ ਜਾਂਦਾ ਆ ਠੀਕ ਆ ਇਹ ਚੀਜ਼ਾਂ ਰਿਪਲੇਸ ਹੋਣੀਆਂ ਹੀ ਆ ਇਹਨੂੰ ਕੋਈ ਰੋਕ ਨਹੀਂ ਸਕਦਾ ਹੈਗਾ ਪੰਜਾਬੀ ਭਾਸ਼ਾ ਇੱਕ ਨਾ ਇੱਕ ਦਿਨ ਤਾਂ ਖਤਮ ਹੋਣੀ ਆ ਮੈਨਿੰਗ ਇਹ ਨਾ ਕੱਲੂ ਹੋਣੀ ਆ ਜਾਂ 10 ਸਾਲਾਂ ਬਾਅਦ 100 ਸਾਲਾਂ ਜਾਂ ਸ਼ਾਇਦ 500 ਸਾਲ ਲੱਗ ਜਾਣ ਜਾਂ ਸ਼ਾਇਦ ਹਜ਼ਾਰ ਸਾਲ ਵੀ ਲੱਗ ਜਾਣ ਠੀਕ ਆ ਕੁਝ ਨਹੀਂ ਪਤਾ ਹੈਗਾ ਪਰ ਇਹ ਖਤਮ ਹੋਣੀ ਆ ਕਿਉਂਕਿ ਅਸੀਂ ਪੰਜਾਬੀ ਭਾਸ਼ਾ ਲਈ ਕੁਝ ਕਰਦੇ ਨਹੀਂ ਪਏ ਹੈਗੇ ਠੀਕ ਆ ਪੰਜਾਬੀ ਭਾਸ਼ਾ ਨੂੰ ਸਿਰਫ ਅਸੀਂ ਗੱਲ ਕਰਦੇ ਪਏ ਇੱਕ ਸਿਰਫ ਮੁੱਦਾ ਬਣਾਉਂਦੇ ਪਏ ਹੁਣ ਮੰਨ ਲਓ ਕਿ ਕੁਝ ਮੁੱਦਾ ਆ ਕਿ ਪੰਜਾਬੀ ਭਾਸ਼ਾ ਜੀ ਆ ਦੇਖੋ ਮੈਂ ਹੁਣ ਫੋਟੋ ਰੀਸੈਂਟਲੀ ਦੇਖੀ ਸੀਗੇ ਰੇਲਵੇ ਸਟੇਸ਼ਨਾਂ ਤੇ ਪਹਿਲੇ ਨੰਬਰ ਤੇ ਹਿੰਦੀ ਆ ਫਿਰ ਅੰਗਰੇਜ਼ੀ ਆ ਜਾਂ ਪੰਜਾਬੀ ਕਿਤੇ ਗੱਬੇ ਕੇ ਜੇ ਲਿਖੀ ਹੋਆ ਹੁਣ ਸਰਕਾਰ ਨੇ ਲਿਖਾਈ ਆ ਤੇ ਉਹ ਜਿਹੜਾ ਰੇਲਵੇ ਸਟੇਸ਼ਨ ਕਿਸ ਨਾ ਕਿਸੇ ਪਿੰਡ ਦੇ ਵਿੱਚ ਹੋਣਾ ਹੀ ਆ ਕੀ ਸਾਡੇ ਕੋਲ ਨਹੀਂ ਪਾਵਰ ਨਹੀਂ ਹੈਗੀ ਕਿ ਇੱਕ ਪੇਂਟ ਦੀ ਬਾਲਟੀ ਲਿਜਾ ਕੇ ਜਾਂ ਕੋਈ ਬੰਦਾ हायर ਕਰਕੇ ਅਸੀਂ ਉੱਥੇ ਉਹ ਚੇਂਜ ਕਰਾ ਸਕੀਏ ਤੇ ਕੋਈ ਕੇਸ ਵੀ ਨਹੀਂ ਕਰੂਗਾ ਕਿਉਂਕਿ ਪੰਜਾਬ ਦੇ ਵਿੱਚ ਆਪਾਂ ਆ ਠੀਕ ਹੈ ਹੁਣ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਉਹ ਵੀ ਪੰਜਾਬੀ ਦਾ ਬੋਧ ਕਰਦਾ ਪਿਆ ਤੇ ਜੇ ਅਸੀਂ ਇਹ ਚੀਜ਼ ਕਰ ਦਵਾਂਗੇ ਆਪ ਕਰ ਦਵਾਂਗੇ ਪਹਿਲੀ ਗੱਲ ਤਾਂ ਸੀ ਇੰਨੀਆਂ ਛੋਟੀਆਂ-ਛੋਟੀਆਂ ਪਾਵਰਾਂ ਆਪਾਂ ਸਰਕਾਰ ਨੂੰ ਦਿੱਤੀਆਂ ਗਾਤੇ ਆ ਠੀਕ ਹੈ ਹਰੀਖ ਜੀ ਤੇ ਅਸੀਂ ਕਹਿ ਦਿੰਦੇ ਆ ਕਿ ਆਹ ਤਾਂ ਸਰਕਾਰ ਨੇ ਕਰਨਾ ਆ ਆਹ ਤਾਂ ਸਰਕਾਰ ਨੇ ਕਰਨਾ ਜਦੋਂ ਫੇਰ ਸਰਕਾਰ ਆਪਣੀ ਮਰਜ਼ੀ ਕਰਦੀ ਆ ਫੇਰ ਅਸੀਂ ਕਹਿੰਨੇ ਕਿ ਸਰਕਾਰ ਨੇ ਸਾਨੂੰ ਗੁਲਾਮ ਬਣਾ ਲਿਆ ਹੁਣ ਬੱਸ ਸਟੈਂਡ ਸਾਡੇ ਪਿੰਡਾਂ ਦੇ ਬੱਸ ਸਟੈਂਡ ਆ ਜਾਂ ਸਾਡੇ ਪਿੰਡਾਂ ਦੇ ਵਿੱਚੋਂ ਜਿਨ੍ਹਾਂ ਦੇ ਪਿੰਡਾਂ ਦੇ ਵਿੱਚੋਂ ਰੇਲ ਗੱਡੀ ਨਿਕਲਦੀ ਆ ਜੇ ਹੁਣ ਉੱਥੇ ਅਸੀਂ ਆਪ ਜਾ ਕੇ ਪੇਂਟ ਕਰਕੇ ਲਿਖ ਦੇਵਾਂਗੇ ਤਾਂ ਸਾਨੂੰ ਕਿਸ ਨੇ ਕੀ ਕਹਿਣਾ ਹੁਣ ਸਾਡੇ ਪਿੰਡ ਪੰਜਾਬ ਦੇ ਵਿੱਚੋਂ ਹੀ ਕੀ ਸਾਡੇ ਤੇ ਕੋਈ ਕੇਸ ਕਰੂਗਾ ਕਿ ਇਹਨੇ ਬੋਰਡ ਚੇਂਜ ਕਰਕੇ ਲਿਖੀ ਸੇਮੇ ਜੀਜੇ ਪਰ ਉੱਪਰ ਥੱਲੇ ਲਿਖਤੀ ਪੰਜਾਬੀ ਉੱਪਰ ਲਿਖਤੀ ਕਿਹੜਾ ਬੰਦਾ ਤੁਹਾਨੂੰ ਕੁਝ ਕਹੂਗਾ ਪਰ ਚੱਕਰ ਆ ਉਹਦਾ ਕੁਝ ਕਰਨਾ ਨਹੀਂ ਹੈਗਾ ਕਿਸੇ ਨੇ ਸਿਰਫ ਗੱਲ ਕਰਨੀ ਆ ਵੀਡੀਓ ਬਣਾਉਣੀ ਆ ਆ ਦੇਖੋ ਜੀ ਪੰਜਾਬ ਦਾ ਰੇਲਵੇ ਸਟੇਸ਼ਨ ਆ ਪੰਜਾਬ ਦਾ ਪਿੰਡ ਆ ਪਰ ਦੇਖੋ ਪੰਜਾਬੀ ਕਿੱਥੇ ਲਿਖੀ ਹੋਵਾ ਇਹ ਕੋਈ ਤੁਕ ਬਣਦੀ ਆ ਜੇ ਤੁਸੀਂ ਸੀਰੀਅਸਲੀ ਕੁਝ ਕਰਨਾ ਹੋਗਾ ਤੁਸੀਂ ਕਰ ਦਿਓ ਜਾ ਕੇ ਯਾਰ ਤੇ ਇਹ ਗੱਲਾਂ ਸਿਰਫ ਲੀਡਰ ਹੀ ਕਦੇ ਕਰਦੇ ਆ ਕਿਉਂਕਿ ਇਹਨਾਂ ਨੂੰ ਮੁੱਦਾ ਚਾਹੀਦਾ ਆ ਅਸਲੀ ਮੁੱਦੇ ਕੁਝ ਹੋਰ ਆ ਜਿੱਦਾਂ ਮੈਂ ਪਹਿਲਾਂ ਹੀ ਮੈਂਸ਼ਨ ਕੀਤਾ ਸੀਗਾ ਇਹ ਸਾਡੇ ਮੁੱਦੇ ਨਹੀਂ ਹੈਗੇ ਇਹਨਾਂ ਨਾਲ ਅਸੀਂ ਬਹੁਤ ਜ਼ਿਆਦਾ ਇਮੋਸ਼ਨਲੀ ਅਟੈਚ ਆ ਸੋ ਇਹਨਾਂ ਚੀਜ਼ਾਂ ਨੂੰ ਜੇ ਕੋਈ ਗੱਲ ਕਰਦਾ ਸਾਡੇ ਦਿਮਾਗ ਨਾਲ ਖੇਡਦਾ ਸਾਨੂੰ ਬਹੁਤ ਵੱਡੀ ਲੱਗਦੀ ਆ ਸਾਰੇ ਹੋਰ ਚੀਜ਼ਾਂ ਲੁਕ ਜੰਨੀ ਆ ਫਿਰ ਇਹੀ ਚੀਜ਼ ਸਾਡੇ ਸਾਹਮਣੇ ਦੀਦੀਪੇ ਦਾ ਬਹੁਤ ਵੱਡੀ ਪ੍ਰੋਬਲਮ ਆ ਤੇ ਮੈਂ ਬਾਰ ਬਾਰ ਕਹਿੰਨਾ ਇਹ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਆ ਹੁਣ ਉਹਦੇ ਵਿੱਚ ਵੀਡੀਓ ਦੇ ਵਿੱਚ ਇੱਕ ਗੱਲ ਹੀ ਨਿਕਲ ਕੇ ਆਈ ਸੀ ਕਿ ਭਾਸ਼ਾ ਆਪਣਾ ਜਦੋਂ ਭਾਸ਼ਾ ਜਦੋਂ ਵੀ ਕਿਤੇ ਆਂਦੀ ਹੈ ਨਾ ਉਹ ਆਪਣਾ ਧਰਮ ਲੈ ਕੇ ਆਂਦੀ ਆ ਆਪਣੇ ਰੀਤੀ ਰਿਵਾਜ ਲੈ ਕੇ ਆਂਦੀ ਆ ਆਪਣੀਆਂ ਮਿਥੋਲੋਜੀਜ਼ ਲੈ ਕੇ ਆਂਦੀ ਆ ਠੀਕ ਆ ਮਤਲਬ ਪੰਜਾਬ ਦੇ ਵਿੱਚ ਉਹ ਇਹ ਸੀਗਾ ਕਿ ਜਦੋਂ ਜੇ ਹਿੰਦੀ ਆਉਗੀ ਨਾ ਹਿੰਦੀ ਆਪਣਾ ਧਰਮ ਲੈ ਕੇ ਆਉਗੀ ਆਪਣੀਆਂ ਮਿਥੋਲੋਜੀ ਲੈ ਕੇ ਆਉਗੀ ਆਪਣਾ ਕਲਚਰ ਲੈ ਕੇ ਆਉਗੀ ਹੁਣ ਜਿਨ੍ਹਾਂ ਨੂੰ ਇਹ ਲੱਗਦਾ ਆ ਕਿ ਪੰਜਾਬ ਦੇ ਉੱਪਰ ਹਿੰਦੀ ਦਾ ਕਬਜ਼ਾ ਹੋ ਜਾਣਾ ਆ ਇਹਨਾਂ ਨੇ ਹਿੰਦੀ ਲੈ ਕੇ ਆਣੀ ਆ ਤੁਸੀਂ ਆਪਣੇ ਸਕੂਲ ਵੱਲ ਝਾਤ ਮਾਰੋ ਕਿ ਅਸੀਂ ਆਪਣੇ ਸਕੂਲਾਂ ਦੇ ਵਿੱਚ ਦੂਜੀ ਭਾਸ਼ਾ ਦੇ ਰੂਪ ਦੇ ਵਿੱਚ ਹਿੰਦੀ ਬਹੁਤ ਟਾਈਮ ਤੋਂ ਪੜਦੇ ਆ ਰਹੇ ਆਂ ਚਲੋ ਉਦੋਂ ਵੀ ਉਹ ਵੀ ਛੱਡੋ ਸੀ ਉਦੋਂ ਵੀ ਪਿੱਛੇ ਚੱਲਦੇ ਆਂ ਧਰਮ ਨੂੰ ਕਹਿੰਦੇ ਆ ਨਾ ਖਤਰਾ ਕਿ ਧਰਮ ਮਤਲਬ ਪੰਜਾਬੀ ਜੇ ਹਿੰਦੀ ਭਾਸ਼ਾ ਆ ਗਈ ਜਾਂ ਕੋਈ ਵੀ ਭਾਸ਼ਾ ਆ ਗਈ ਤਾਂ ਸਾਡੇ ਧਰਮ ਨੂੰ ਖਤਰਾ ਹੁਣ ਮੈਂ ਪੰਜਾਬ ਦੇ ਵਿੱਚ ਸਿੱਖ ਧਰਮ ਆ ਸਿੱਖ ਧਰਮ ਕਦੋਂ ਸਟਾਰਟ ਹੋਇਆ ਜਦੋਂ ਮੁਸਲਮਾਨਾਂ ਦਾ ਬੋਲ ਵਾਲਾ ਸੀਗਾ ਬਹੁਤ ਜ਼ਿਆਦਾ ਜਾਂ ਹਿੰਦੂਆਂ ਦਾ ਕਹਿ ਲਓ ਮੁਸਲਮਾਨਾਂ ਦਾ ਕਹਿ ਲਓ ਅਰਬੀਆਂ ਦਾ ਕਹਿ ਲਓ ਠੀਕ ਹੈ ਜਿਹੜੇ ਵੀ ਸੀਗੇ ਮੁਗਲ ਸੀਗੇ ਉਸ ਵੇਲੇ ਇੱਕ ਧਰਮ ਨਿਕਲਿਆ ਠੀਕ ਹੈ ਕਿ ਫਲਸਫੀ ਨਿਕਲੀ ਉਹ ਵੇਲਿਆਂ ਤੋਂ ਜਿਹੜਾ ਨਿਕਲਿਆ ਧਰਮ ਆ ਤੇ ਅੱਜ ਦੇਖ ਲਓ ਹਾਲਾਤ ਕਿੰਨੇ ਵਧੀਆ ਆ ਕਿ ਉਹਨੂੰ ਕੁਝ ਹੋ ਸਕਦਾ ਉਹਨੂੰ ਉਸ ਤੋਂ ਬਾਅਦ ਹੁਣ ਉਸ ਵੇਲੇ ਸੀਗੇ ਮੇਰੇ ਖਿਆਲ ਨਾਲ ਮੁਗਲ ਠੀਕ ਆ ਮੁਗਲਾਂ ਨੇ ਬਹੁਤ ਕੋਸ਼ਿਸ਼ ਕੀਤੀ ਆਪਣੀ ਭਾਸ਼ਾ ਆਪਣਾ ਧਰਮ ਲਾਗੂ ਕਰਨ ਦੀ ਤੇ ਕਾਫੀ ਹੱਦ ਤੱਕ ਉਹ ਸਫਲ ਵੀ ਹੋਏ ਪੰਜਾਬ ਵਿੱਚ ਕਿੰਨੇ ਸਫਲ ਹੋਏ ਕਿੰਨੇ ਮਤਲਬ ਘਟਿਆ ਹਾਲਾਤ ਸੀਗੇ ਕੀ ਕਿਸੇ ਨੇ ਉਹ ਚੀਜ਼ ਅਸੈਪਟ ਕੀਤੀ ਉਸਲੇ ਤਾਂ ਮਤਲਬ ਜਾਨ ਦੀ ਕੀਮਤ ਹੀ ਨਹੀਂ ਸੀ ਹੁੰਦੀ ਉਸਲੇ ਤਾਂ ਪਰ ਫਿਰ ਵੀ ਸਿੱਖ ਧਰਮ ਵਧਿਆ ਠੀਕ ਹੈ ਡਿਵੈਲਪ ਹੋਇਆ ਅੱਗੇ ਤੋਂ ਅੱਗੇ ਵਧਦਾ ਗਿਆ ਪ੍ਰਚਾਰ ਹੁੰਦਾ ਗਿਆ ਠੀਕ ਹੈ ਫਿਰ ਫਾਰਸੀ ਫਾਰਸੀ ਭਾਸ਼ਾ ਦਾ ਕਿੰਨਾ ਬੋਲ ਵਾਲਾ ਸੀਗਾ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜੀ ਰਾਜ ਭਾਸ਼ਾ ਸੀ ਨਾ ਉਹ ਪੰਜਾਬੀ ਨਹੀਂ ਸੀਗੀ ਉਹ ਫਾਰਸੀ ਸੀਗੀ ਠੀਕ ਹੈ ਜਦੋਂ ਬੰਦਾ ਬਹਾਦਰ ਨੇ ਵੀ ਸਰਹੰਦ ਨੂੰ ਜਿੱਤਿਆ ਸੀਗਾ ਉਸ ਵੇਲੇ ਜਿਹੜਾ ਝੰਡਾ ਬਣਾਇਆ ਸੀਗਾ ਜਾਂ ਕੁਝ ਵੀ ਸੀਗਾ ਜਿਹੜਾ ਇੱਕ ਸਿੰਬਲ ਜਾਂ ਨਿਸ਼ਾਨ ਬਣਾਇਆ ਸੀਗਾ ਉਹ ਜੋ ਵੀ ਲਿਖਿਆ ਸੀਗਾ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਸੀ ਉਸ ਵੇਲੇ ਵੀ ਪਰ ਅੱਜ ਅਸੀਂ ਪੰਜਾਬੀ ਬੋਲਦੇ ਆਂ ਫਿਰ ਮਹਾਰਾਜਾ ਰਣਜੀਤ ਸਿੰਘ ਵੇਲੇ ਫਾਰਸੀ ਸੀ ਉਤਤ ਬਾਦ ਗੋਰੇ ਆਏ ਗੋਰਿਆਂ ਨੇ ਆਪਣਾ ਕਿੰਨਾ ਕੋਸ਼ਿਸ਼ ਕੀਤੀ 크ਰਿਸਚੀਅਨਿਟੀ ਲਿਆਂਦੀ ਕਿੰਨੇ ਮਤਲਬ ਕਨਵਰਜਨ ਕਰਨ ਦੀ ਕੋਸ਼ਿਸ਼ ਕੀਤੀ ਉਸ ਵੇਲੇ ਅੱਜ ਦੀ ਨਹੀਂ ਮੈਂ ਗੱਲ ਕਰਦਾ ਉਸ ਵੇਲੇ ਕਿੰਨੇ ਸਿੱਖ 크ਰਿਸਚੀਅਨ ਬਣੇ ਉਸ ਵੇਲੇ ਕਿੰਨੀ ਕੁ ਪੰਜਾਬੀ ਖਤਮ ਹੋਈ ਸਾਡੇ ਧਾਰਮਿਕ ਗ੍ਰੰਥਾਂ ਨੂੰ ਕੋਈ ਫਰਕ ਪਿਆ ਅੱਜ ਦੇਖੀਏ ਅਸੀਂ ਆਪਣੇ ਪਿੰਡਾਂ ਦੇ ਵਿੱਚ ਪੰਜਾਬੀ ਬੋਲਦੇ ਆ ਅਸੀਂ ਆਪਣਾ ਧਰਮ ਜਿਹੜੇ ਆਪਣੇ ਤਰੀਕੇ ਨਾਲ ਆਪਣਾ ਮੰਨਣਾ ਆ ਪੂਜਣਾ ਆ ਮੱਥਾ ਟੇਕਣਾ ਆ ਸਾਡੇ ਜਿਹੜੇ ਧਾਰਮਿਕ ਸਥਾਨ ਆ ਉਹ ਸਾਡੇ ਕੋਲ ਹੈਗੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਅਸੀਂ ਇੰਨੇ ਔਖੇ ਹਾਲਾਤਾਂ ਦੇ ਵਿੱਚੋਂ ਇੰਨੇ ਮਾੜੇ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਅੱਜ आनंद ਮਾੜ ਰਹੇ ਆ ਆਪਣੀ ਪੰਜਾਬੀ ਭਾਸ਼ਾ ਦਾ ਆਪਣੇ ਧਰਮ ਦਾ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਤਾਂ ਹੁਣ ਕਿੱਦਾਂ ਪ੍ਰੋਬਲਮ ਆ ਸਕਦੀ ਆ ਪ੍ਰੋਬਲਮ ਸਿਰਫ ਤਾਂ ਆਊਗੀ ਜੇ ਤੁਸੀਂ ਆਪਣਾ ਧਰਮ ਨਹੀਂ ਪੜੋਗੇ ਆਪਣੀ ਹਿਸਟਰੀ ਨਹੀਂ ਪੜੋਗੇ ਠੀਕ ਹੈ ਫਿਰ ਪ੍ਰੋਬਲਮ ਆਣੀ ਆ ਕੋਈ ਆ ਕੇ ਤੁਹਾਨੂੰ ਜੋ ਮਰਜ਼ੀ ਕਹੀ ਜਾਵੇ ਜੇ ਤੁਸੀਂ ਪੱਕੇ ਆ ਤਾਂ ਉਹ ਜ਼ਬਰਦਸਤੀ ਕੁਝ ਨਹੀਂ ਕਰ ਸਕਦਾ ਠੀਕ ਹੈ ਸੋ ਜੇ ਹਿੰਦੀ ਭਾਸ਼ਾ ਦੀ ਗੱਲ ਕਰੀਏ ਹਿੰਦੀ ਆਲਰੇਡੀ ਸਾਡੇ ਪੰਜਾਬ ਦੇ ਵਿੱਚ ਹੈਗੀ ਆ ਦੂਜੀ ਭਾਸ਼ਾ ਦੇ ਰੂਪ ਵਿੱਚ ਬਹੁਤ ਟਾਈਮ ਤੋਂ ਮੇਰੇ ਖਿਆਲ ਨਾਲ ਜਦੋਂ ਸਕੂਲ ਬਣੇ ਹੋਣੇ ਉਦੋਂ ਤੋਂ ਹੀ ਆ ਤੇ ਉਹਨੇ ਕੁਝ ਡੋਮਿਨੇਟ ਨਹੀਂ ਕੀਤਾ ਹੈਗਾ ਠੀਕ ਹੈ ਸਾਡੇ ਧਾਰਮਿਕ ਗ੍ਰੰਥ ਵੀ ਇੱਦਾਂ ਹੀ ਆ ਅਸੀਂ ਪਿੰਡਾਂ ਦੇ ਵਿੱਚ ਚਾਹੇ ਪੜ੍ਹੇ ਲਿਖੇ ਹੋਆ ਅਨਪੜ੍ਹਿਆ ਜਿਹੜਾ ਮਰਜੀ ਆ ਸਾਡੇ ਬਜ਼ੁਰਗ ਆ ਜਾਂ ਅਸੀਂ ਵੀ ਅੱਜ ਅਸੀਂ ਪੰਜਾਬੀ ਬੋਲਦੇ ਆ ਐਨੇ ਸਾਲ ਹੋ ਗਏ ਹਿੰਦੀ ਨੂੰ ਸਕੂਲਾਂ ਦੇ ਵਿੱਚ ਸਾਨੂੰ ਸਿਖਾ ਦਿਆਂ ਨੂੰ ਉਹਦੇ ਨਾਲ ਹੋ ਕੀ ਰਿਹਾ ਆ ਉਹਦੇ ਨਾਲ ਇਹ ਫਾਇਦਾ ਹੋ ਰਿਹਾ ਕਿ ਜਦੋਂ ਅਸੀਂ ਹਰਿਆਣਾ ਜਾਂਦੇ ਆਂ ਸਾਨੂੰ ਉਹਨਾਂ ਦੀ ਗੱਲ ਸਮਝ ਆ ਜਾਂਦੀ ਐ ਅਸੀਂ ਰਾਜਸਥਾਨ ਜਾਂਦੇ ਸਾਨੂੰ ਗੱਲ ਸਮਝ ਆ ਜਾਂਦੀ ਐ ਦਿੱਲੀ ਜਾਂਦੇ ਯੂਪੀ ਬਿਹਾਰ ਐਮਪੀ ਤੱਕ ਸਾਨੂੰ ਗੱਲ ਸੌਖੇ ਤਰੀਕੇ ਨਾਲ ਸਮਝ ਆ ਜਾਂ ਸਕਦੀ ਸਾਨੂੰ ਪ੍ਰੋਬਲਮ ਨਹੀਂ ਹੈਗੀ ਸਾਡੇ ਇੱਧਰਲੇ ਹਿੱਸੇ ਨੂੰ ਕਿਉਂਕਿ ਸਾਡੇ ਵਾਲੇ ਇੱਧਰ ਨੂੰ ਹਿੰਦੀ ਹੀ ਬੋਲਦੇ ਆ ਜਿਆਦਾ ਪ੍ਰੋਬਲਮ ਕੀ ਐ ਸਾਊਥ ਦੀ ਹੁਣ ਉਹਨਾਂ ਦੀ ਜਿਹੜੀ ਆਈਡੀਓਲੋਜੀ ਐ ਕੋਈ ਡਿਫਰੈਂਟ ਐ ਉਹਨਾਂ ਦੀ ਪ੍ਰੋਬਲਮ ਨੂੰ ਚੱਕ ਕੇ ਅਸੀਂ ਇਹ ਕਹਿੰਦੇ ਆ ਕਿ ਇਹੀ ਸਾਡੀ ਪ੍ਰੋਬਲਮ ਐ ਜਦ ਕਿ ਸਾਡੇ ਤਾਂ ਚੀਜ਼ ਹੋ ਚੁੱਕੀ ਹੋ ਉਨਾ ਦੇ ਪਹਿਲੀ ਭਾਸ਼ਾ ਉਹਨਾਂ ਦੀ ਰੀਜਨਲ ਆ ਦੂਜੀ ਭਾਸ਼ਾ ਉਹਨਾਂ ਦੀ ਅੰਗਰੇਜ਼ੀ ਆ ਠੀਕ ਆ ਉਹਨਾਂ ਨੂੰ ਦੋ ਲੈਂਗੁਏਜ ਆਉਂਦੀਆਂ ਸਾਨੂੰ ਤਿੰਨ ਲੈਂਗੁਏਜ ਆਉਂਦੀਆਂ ਸਾਨੂੰ ਆਪਣੀ ਪੰਜਾਬੀ ਵੀ ਆਉਂਦੀ ਆ ਹਿੰਦੀ ਵੀ ਆਉਂਦੀ ਆ ਅੰਗਰੇਜ਼ੀ ਵੀ ਆਉਂਦੀ ਆ ਉਹਨਾਂ ਨੂੰ ਦੋ ਆਣੀਆਂ ਆ ਹੁਣ ਚੱਕਰ ਕੀ ਆ ਇਹ ਕਿਹਾ ਜਾ ਰਿਹਾ ਕਿ ਦੂਜੀ ਭਾਸ਼ਾ ਜਾਂ ਇੱਕ ਸਬਜੈਕਟ ਜਾਂ ਕੁਝ ਵੀ ਆ ਕਿ ਉਹ ਹਿੰਦੀ ਰੱਖੋ ਕਿਉਂਕਿ ਤਾਮਿਲ ਡਿਫਰੈਂਟ ਆ ਤੇਲਗੂ ਡਿਫਰੈਂਟ ਆ ਕੰਨੜਾ ਡਿਫਰੈਂਟ ਆ ਮਰਾਠੀ ਤੇ ਮਲਿਆਲਮ ਇੱਕ ਦੂਜੇ ਨੂੰ ਸਮਝ ਨਹੀਂ ਸਕਦੇ ਹੈਗੇ ਇਹ ਕੋਲ ਕੋਲ ਸਟੇਟਾਂ ਆ ਸਾਰੀਆਂ ਹੀ ਅਸੀਂ ਜੰਮੂ ਕਸ਼ਮੀਰ ਤੇ ਚਲ ਜੀਏ ਕੁਛ ਹੱਦ ਤੱਕ ਆਪਾਂ ਗੱਲ ਕਰ ਸਕਦੇ ਆ ਜੰਮੂ ਕਸ਼ਮੀਰ ਪੰਜਾਬ ਹਿਮਾਚਲ ਉਤਰਾਂਚਲ ਯੂਪੀ ਰਾਜਸਥਾਨ ਬਿਹਾਰ ਦਿੱਲੀ ਐਮਪੀ ਆਪਾਂ ਆਪਣੀ ਗੱਲ ਸਮਝਾ ਸਕਦੇ ਆ ਇੰਨੀਆਂ ਸਟੇਟਾਂ ਦੇ ਵਿੱਚ ਤੇ ਉਹ ਬੰਦੇ ਜੇ ਇੱਕ ਸਟੇਟ ਤੋਂ ਬਾਹਰ ਨਿਕਲ ਜਣ ਤਾਂ ਆਪਣੀ ਗੱਲ ਨਹੀਂ ਕਰ ਸਕਦੇ ਹੈਗੇ ਤੇ ਉਹਦੇ ਵਿੱਚੇ ਕਰਕੇ ਆਂਦਾ ਕਿ ਉਹ ਕਹਿੰਦੇ ਸਾਡੀ ਭਾਸ਼ਾ ਵਧੀਆ ਆ ਤੇ ਸਾਨੂੰ ਲੋੜ ਨਹੀਂ ਹੈਗੀ ਸਾਡੇ ਕੋਲ ਸਾਰਾ ਕੁਝ ਸ਼ਬਦਿਆ ਮਤਲਬ ਜਿੰਨਾ ਮੈਂ ਗੱਲ ਕਰਦਾ ਸੀ ਉਹਦੇ ਮੋਰੋਂ ਇਹ ਪੁਆਇੰਟ ਆਇਆ ਸੀਗਾ ਨਾ ਤਾਂ ਕੋਈ ਸ਼ਬਦ ਗੱਲ ਚੇਂਜ ਕਰਨ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ ਪਿਆ ਪੇ ਤੁਹਾਡੀ ਰੀਜਨਲ ਭਾਸ਼ਾ ਦੇ ਸ਼ਬਦ ਚੇਂਜ ਕਰਨੇ ਆ ਨਾ ਤਾਂ ਕੁਝ ਹੋਰ ਚੇਂਜ ਕਰਨਾ ਉਹ ਕਹਿੰਦੇ ਇੱਕ ਸਬਜੈਕਟ ਲਾਣਾ ਹੈ ਇੱਕ ਸਕੂਲ ਦੇ ਵਿੱਚ ਤੁਹਾਨੂੰ ਇੱਕ ਅਲੱਗ ਇੱਕ ਹੋਰ ਭਾਸ਼ਾ ਸਿਖਾਣੀ ਆ ਤਾਂ ਕਿ ਇੱਕ ਸਾਰਾ ਜਿਹੜਾ ਭਾਰਤ ਹੈ ਉਹ ਇੱਕ ਦੂਜੇ ਨਾਲ ਕਨੈਕਟ ਕਰ ਸਕੇ ਵਧੀਆ ਤਰੀਕੇ ਨਾਲ ਅਸੀਂ ਗੱਲਬਾਤ ਕਰ ਸਕੀਏ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਂਦੇ ਆ ਹੁਣ ਪੰਜਾਬ ਦੇ ਵਿੱਚ ਸਾਊਥ ਇੰਡੀਅਨ ਮੂਵੀਜ਼ ਕਿੰਨੀਆਂ ਮਸ਼ਹੂਰ ਆ ਅਸੀਂ ਕਿਹੜੀ ਭਾਸ਼ਾ 'ਚ ਦੇਖਦੇ ਆ ਕਿ ਉਹਨਾਂ ਨੇ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕੀਤੀਆਂ ਜਾਂ ਉਹਨਾਂ ਨੇ ਹਰਿਆਣਵੀ ਦੇ ਵਿੱਚ ਟ੍ਰਾਂਸਲੇਟ ਕੀਤੀਆਂ ਜਾਂ ਉਹਨਾਂ ਨੇ ਬਿਹਾਰੀ ਭਾਸ਼ਾ ਮੈਥਲੀ ਭਾਸ਼ਾ ਰਾਜਸਤਾਨੀਆ ਦੀ ਭਾਸ਼ਾ ਦੇ ਵਿੱਚ ਨਹੀਂ ਉਹਨਾਂ ਨੇ ਹਿੰਦੀ ਦੇ ਵਿੱਚ ਟ੍ਰਾਂਸਲੇਟ ਕੀਤੀਆਂ ਉਹਨਾਂ ਨੂੰ ਪਤਾ ਹੈ ਕਿ ਜ਼ਿਆਦਾ ਲੋਕਾਂ ਨੇ ਇਹਨਾਂ ਨੇ ਇਹੀ ਸਮਝਣਾ ਹੈ ਠੀਕ ਹੈ ਸੋ ਇੱਕ ਇਹ ਹੁੰਦਾ ਕਿ ਸਿਰਫ ਜਿੱਦਾਂ ਹੁਣ ਇੱਕੋ ਬੰਦੇ ਨੇ ਮੈਨੂੰ ਕਿਹਾ ਸੀਗਾ ਕਹਿੰਦਾ ਅਸੀਂ ਜਦ ਉਧਰ ਗਏ ਸੀਗੇ ਪਾਚਾ ਸਿੱਖਣ ਦੀ ਲੋੜ ਨਹੀਂ ਬਈ ਦੁਕਾਨ ਤੇ ਜਾਓ ਸਮਾਨ ਚੱਕੋ ਕਾਊਂਟਰ ਤੇ ਰੱਖ ਦੋ ਪੈਸੇ ਦਿਓ ਸਾਡਾ ਕੰਮ ਹੋ ਗਿਆ ਹੁਣ ਇਹ ਤਾਂ ਹੋ ਗਈ ਆਪਣੀ ਲੋੜ ਦੇ ਮੁਤਾਬਿਕ ਗੱਲ ਕਰਨੀ ਹੁਣ ਜਦੋਂ ਅਸੀਂ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ ਠੀਕ ਹੈ ਸਾਊਥ ਇੰਡੀਅਨ ਸਾਨੂੰ ਕਿੰਨਾ ਕੁਝ ਉਹਨਾਂ ਦੇ ਕਲਚਰ ਬਾਰੇ ਉਹਨਾਂ ਦੇ ਲੋਕਾਂ ਬਾਰੇ ਸਾਨੂੰ ਪਤਾ ਲੱਗਣ ਲੱਗਾ ਟਿਊਬ ਵਧੀਆ ਵੀ ਲੱਗਦਾ ਹੈ ਕਿ ਉਹ ਆਪਣੇ ਵਿਆਹ ਕਿੱਦਾਂ ਕਰਦੇ ਆ ਕਿ ਇਹ ਉਹਨਾਂ ਦੇ ਕਾਲਜ ਕਿੱਦਾਂ ਦੇ ਉਹਨਾਂ ਦੇ ਲੋਕਾਂ ਦਾ ਬਿਹੇਵੀਅਰ ਕਿੱਦਾਂ ਦਾ ਆ ਉੱਧਰ ਵੀ ਗਰੀਬੀ ਹੈਗੀ ਆ ਉੱਧਰ ਵੀ ਲੋਕਾਂ ਦੇ ਧੱਕਾ ਹੋ ਰਿਹਾ ਸਾਨੂੰ ਪਤਾ ਲੱਗਦਾ ਫਿਲਮਾਂ ਦੇ ਵਿੱਚ ਪਤਾ ਲੱਗਦਾ ਦੇਖ ਕੇ ਤੇ ਕਿਹੜੀ ਭਾਸ਼ਾ ਦੇ ਵਿੱਚ ਉਹ ਹਿੰਦੀ ਭਾਸ਼ਾ ਦੇ ਵਿੱਚ ਉਹਨਾਂ ਨੇ ਹੋਰ ਭਾਸ਼ਾ ਵਿੱਚ ਕਦੇ ਨਹੀਂ ਫਿਲਮਾਂ ਬਣਾਈਆਂ ਉਹਨਾਂ ਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਜਿਆਦਾ ਜਿਹੜੀ ਲੈਂਗੁਏਜ ਹੈ ਹਿੰਦੀ ਬੋਲੀ ਜਾਂਦੀ ਆ ਹੁਣ ਹਿੰਦੀ ਦੇ ਨਾਲ ਨਫ਼ਰਤ ਮੈਨੂੰ ਫੇਰ ਦੱਸੀ ਜਨਾ ਹਿੰਦੀ ਦੇ ਨਾਲ ਨਫ਼ਰਤ ਸਿਰਫ ਬੀਜੇਪੀ ਕਰਕੇ ਜਾਂ ਮੋਦੀ ਹੁਣਾ ਕਰਕੇ ਆ ਹੋਰ ਕਿਸੇ ਨੂੰ ਹਿੰਦੀ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਆ ਤੇ ਜੇ ਕੋਈ ਹੋਰ ਪ੍ਰੋਬਲਮ ਹੈਗੀ ਆ ਤਾਂ ਸ਼ਾਇਦ ਜੀ ਜਾਇਜ਼ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਹੋਰ ਕੀ ਰੀਜ਼ਨ ਹੋ ਸਕਦਾ ਆ ਠੀਕ ਆ ਸੋ ਇੱਕ ਕਾਮਨ ਲੈਂਗੁਏਜ ਜਿਹੜੀ ਆ ਨਾ ਉਹ ਭਾਰਤ ਦੇ ਵਿੱਚ ਹੁਣੀ ਬਹੁਤ ਲੋਕੀ ਦਾ ਯਾਰ ਪੂਰੇ ਮਤਲਬ ਵਰਲਡ ਦੇ ਵਿੱਚ ਇੱਕ ਕਾਮਨ ਲੈਂਗੁਏਜ ਦੀ ਗੱਲ ਕਰਦੇ ਪਏ ਆ ਪਰ ਆਪਾਂ ਕੀ ਆਪ ਆਪਣੀ ਦੇਸ਼ ਦੇ ਵਿੱਚ ਹੀ ਨਹੀਂ ਇੱਕ ਕਾਮਨ ਲੈਂਗੁਏਜ ਲਿਆ ਰਹੇ ਹੈਗੇ ਅਸੀਂ ਉਹ ਨੂੰ ਹੀ ਓਪੋਜ਼ ਕਰੀ ਜਾਂਦੇ ਆ ਮਤਲਬ ਹੈਗਾ ਚਲੋ ਪੋਲੀਟੀਕਲ ਮੁੱਦਾ ਆ ਪਰ ਜੇ ਅਸੀਂ ਨਾਰਮਲ ਤਰੀਕੇ ਨਾਲ ਵੀ ਦੇਖੀਏ ਆਮ ਲਾਈਫ ਦੇ ਵਿੱਚ ਵੀ ਦੇਖੀ ਤਾਂ ਕਿੰਨਾ ਸੌਖਾ ਹੋ ਜਾਣਾ ਅਸੀਂ ਉਹਨਾਂ ਦੀਆਂ ਕਿੰਨੀਆਂ ਚੀਜ਼ਾਂ ਸਿੱਖ ਸਕਦੇ ਆ ਠੀਕ ਹੈ ਹੁਣ ਉਹਨਾਂ ਦੇ ਲੋਕੀ ਇੱਧਰ ਉੱਠ ਕੇ ਕੁਛ ਨਾ ਕੁਛ ਆਪਣਾ ਫੂਡ ਲੈ ਕੇ ਆਏ ਜਾਂ ਡੋਸੇ ਲੈ ਕੇ ਆਏ ਜਾਂ ਇਡਲੀ ਲੈ ਕੇ ਆਏ ਜਾਂ ਠੀਕ ਹੈ ਹੁਣ ਸਾਨੂੰ ਸਾਰਾ ਕੁਝ ਆਂਦਾ ਹੋਊਗਾ ਅਸੀਂ ਵੀ ਕੁਛ ਨਾ ਕੁਛ ਉੱਧਰ ਜਾ ਕੇ ਕੰਮ ਕਰ ਸਕਦੇ ਆ ਹੁਣ ਕਦੀ ਪੰਜਾਬੀ ਬੰਦਾ ਇਹ ਸੋਚ ਸਕਦਾ ਕਿ ਮੈਂ ਸਾਊਥ ਇੰਡੀਆ 'ਚ ਜਾ ਕੇ ਆਪਣਾ ਰੈਸਟੋਰੈਂਟ ਪਾਲਾਂ ਕਿੰਨੇ ਕੇ ਜਣੇ ਸੋਚੂਗੇ ਇਹ ਪਰ ਜੇ ਉੱਧਰ ਵੀ ਉਹ ਹਿੰਦੀ ਬੋਲਦੇ ਹੋਗੇ ਆਪਾਂ ਕੋਲ ਬਹੁਤ ਜਣਿਆਂ ਦੇ ਕੋਲ ਬਿਜ਼ਨਸ ਦੇ ਇਹ ਚੀਜ਼ਾਂ ਖੋਲ੍ਹ ਜਣੀਆਂ ਆਪਸ਼ਨ ਖੋਲ੍ਹ ਜਣੀਆਂ ਕਿ ਚਲੋ ਉੱਧਰ ਜਾ ਕੇ ਕੰਮ ਕਰਦੇ ਆ ਹੁਣ ਇੱਥੇ ਇੰਗਲਿਸ਼ ਜਿਹਨਾਂ ਨੂੰ ਨਹੀਂ ਆਉਂਦੀ ਹੁੰਦੀ ਉਹ ਸਾਬੇ ਵਿੱਚ ਵੀ ਨਹੀਂ ਜਾਂਦੇ ਹੈਗੇ ਹੋਰ ਕਿੰਨੀ ਵਾਰੀ ਕਿਤੇ ਫੋਨ ਕਰਨਾ ਪੈਂਦਾ ਆਪਣੇ ਦੋਸਤਾਂ ਨੂੰ ਕਹਿੰਦੇ ਆ ਆ ਫੋਨ ਕਰੀ ਯਾਰ ਸੋ ਭਾਸ਼ਾ ਦੇ ਨਾਲ ਹੋਰ ਆਪਸ਼ਨ ਖੋਲਦੇ ਜਦੋਂ ਅਸੀਂ ਹੋਰ ਭਾਸ਼ਾਵਾਂ ਸਿੱਖਦੇ ਆ ਇਦਾਂ ਨਹੀਂ ਹੈ ਕਿ ਸਿੱਖ ਕੇ ਉੱਚ ਭਾਸ਼ਾ ਮੈਂ ਸਾਡੇ ਦੇ ਡੋਮੀਨੇਟ ਕਰਦੀਆਂ ਪਈਆਂ ਇਹ ਸਿਰਫ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਠੀਕ ਹੈ ਲੋਕਾਂ ਦੇ ਵਿੱਚ ਵੰਡਣ ਦੇ ਲਈ ਹੁਣ ਰਹੀ ਗੱਲ ਧਰਮ ਦੀ ਪੇ ਧਰਮ ਉਹ ਸੌਰੀ ਭਾਸ਼ਾ ਹੋਊਗੀ ਧਰਮ ਆਊਗਾ ਤੇ ਧਰਮ ਡੋਮੀਨੇਟ ਕਰੂਗਾ ਇਹਨਾਂ ਨੇ ਹਿੰਦੂ ਰਾਸ਼ਟਰ ਬਣਾਉਣਾ ਹੈ ਅੱਜ ਦਾ ਟਾਈਮ ਜੇ ਦੇਖੀਏ ਨਾ ਅਸੀਂ ਕਿਸੇ ਨੇ ਭਾਸ਼ਾ ਨਹੀਂ ਸਿੱਖਣੀ ਹੈਗੀ ਆਪਣਾ ਧਰਮ ਲਿਆਉਣ ਨੂੰ ਪੰਜਾਬ ਦੇ ਵਿੱਚ ਕਿੰਨੇ ਲੋਕੀ 크੍ਰਿਸਚੀਅਨ ਬਣਦੇ ਪਏ ਆ ਕਿੰਨੇ ਸਿੱਖ ਲੋਕੀ 크੍ਰਿਸਚੀਅਨ ਬਣਦੇ ਪਏ ਆ ਉਹ 크੍ਰਿਸਚੀਅਨਾਂ ਨੇ ਕੀ ਇੰਗਲਿਸ਼ ਲੈ ਕੇ ਆਂਦੀ ਆ ਇੱਥੇ ਕੀ ਉਹ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਅੰਗਰੇਜ਼ੀ ਸਿਖਾ ਰਹੇ ਆ ਨਹੀਂ ਉਹਨਾਂ ਨੇ ਆਪਣਾ ਜਿਹੜਾ ਧਰਮ ਆ ਉਹਨੂੰ ਹੀ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰ ਲਿਆ ਠੀਕ ਆ ਤੇ ਉਹ ਹੁਣ ਉਹਦੇ ਥਰੂ ਲੋਕਾਂ ਤੱਕ ਰੀਚ ਕਰਦੇ ਪਏ ਆ ਸੋ ਇੱਕ ਇਹ ਚੀਜ਼ ਆ ਕਿ ਮੇਨ ਪ੍ਰੋਬਲਮ ਜਿਹੜੀ ਆ ਨਾ ਸਿੱਖਾਂ ਦੀ ਹਿੰਦੂਆਂ ਨਾਲ ਨਹੀਂ ਹੈਗੀ ਪਰ ਇਹ ਸਿਰਫ ਪੋਲੀਟੀਸ਼ੀਨਾਂ ਦੁਆਰਾ ਦੱਸਿਆ ਜਾ ਰਿਹਾ ਸਿੱਖ ਹਿੰਦੂ ਬਣ ਨਹੀਂ ਰਹੇ ਹੈਗੇ ਜੇ ਬਣ ਵੀ ਰਹੇ ਆ ਇੱਕ ਦੋ ਜਣੇ ਹੁਣ ਇੱਦਾਂ ਹੀ ਹਿੰਦੂ ਵੀ ਨਹੀਂ ਸਿੱਖ ਬਣਦੇ ਪਏ ਹੈਗੇ ਜੇ ਹੋਊਗੇ ਵੀ ਤਾਂ ਇੱਕ ਦੋ ਜਣੇ ਤੇ ਉਹ ਮੈਂ ਯਕੀਨਨ ਕਹਿ ਸਕਦਾ ਕਿ ਜੇ ਇਹ ਦੋ ਧਰਮਾਂ ਦੇ ਵਿੱਚ ਇੱਕ ਦੂਜੇ 'ਚ ਕਨਵਰਜਨ ਹੋ ਰਹੀ ਆ ਨਾ ਉਹ ਪੜ ਕੇ ਸਮਝ ਕੇ ਇੱਕ ਦੂਜੇ ਦੇ ਮਤਲਬ ਕਿ ਆਈਡਿਓਲੋਜੀਆ ਆ ਪੜ ਕੇ ਫਿਰ ਕਨਵਰਜਨ ਹੋ ਰਹੀ ਆ ਪਰ ਜਿਹੜੀ 크ਰਿਸਚੀਅਨਿਟੀ ਦੇ ਵਿੱਚ ਕਨਵਰਜਨ ਹੋ ਰਹੀ ਆ ਨਾ ਉਹ ਹੋ ਰਹੀ ਆ ਲਾਲਚ ਕਰਕੇ ਉਹ ਹੋ ਰਹੀ ਆ ਕਿ ਸਾਡੇ ਨਿਆਣਿਆਂ ਨੂੰ ਪੈਸੇ ਮਿਲਣੇ ਸਾਡੇ ਨਿਆਣਿਆਂ ਨੂੰ ਇਹਨਾਂ ਨੇ ਬਾਹਰ ਭੇਜ ਦੇਣਾ ਸਾਡੇ ਨਿਆਣਿਆਂ ਨੂੰ ਵਧੀਆ ਐਜੂਕੇਸ਼ਨ ਦੇ ਦੇਣੀ ਆ ਪੈਸੇ ਦੇ ਦੇਣੇ ਆ ਸਾਡੀ ਕੁੜੀਆਂ ਦਾ ਵਿਆਹ ਕਰ ਦੇਣਾ ਸਾਡੀ ਕੁੜੀਆਂ ਨੂੰ ਇਹਨਾਂ ਨੇ ਮੁੰਡਾ ਵੀ ਲੱਭ ਕੇ ਦੇ ਦੇਣਾ ਸਾਡਾ ਘਰ ਛੱਤਾ ਦੇਣਾ ਸੀਗਾ ਸਾਨੂੰ ਬਾਥਰੂਮ ਬੂਥਰੂਮ ਬਣਾ ਕੇ ਦੇ ਦੇਣੇ ਆ ਜਾਂ ਸਾਨੂੰ ਇੱਕ ਅਧੀ ਸਕੂਟੀ ਲੈ ਕੇ ਦੇ ਦੇਣੀ ਆ ਫੀਸ ਭਰ ਦੇਣੀ ਆ ਇਹ ਪ੍ਰੋਬਲਮ ਹੈ ਠੀਕ ਹੈ ਹਿੰਦੂ ਸਿੱਖ ਸਿੱਖ ਹਿੰਦੂ ਪ੍ਰੋਬਲਮ ਨਹੀਂ ਹੈਗੀ ਪ੍ਰੋਬਲਮ 크ਰਿਸਚੀਅਨਿਟੀ ਵੀ ਨਹੀਂ ਹੈਗੀ ਠੀਕ ਹੈ ਪਰ ਲਾਲਚ ਦੇ ਲਈ ਇੱਕ ਧਰਮ ਤੋਂ ਦੂਜੇ ਧਰਮ ਦੇ ਵਿੱਚ ਜਾਣਾ ਹੁਣ ਉਹਨਾਂ ਦੇ ਏਜੰਡੇ ਹੋ ਰਿਹਾ ਹੁਣ ਕਨਵਰਜਨ ਦੀ ਮੈਂ ਤਾਂ ਦਾਦਾਨਾ ਨਾ ਤਾਂ ਸਿੱਖਾਂ ਦੇ ਵਿੱਚ ਤੇ ਨਾ ਹੀ ਹਿੰਦੂਆਂ ਦੇ ਵਿੱਚ ਕਨਵਰਜਨ ਵਾਲਾ ਜਿਹੜਾ ਕਨਸੈਪਟ ਹੀ ਨਹੀਂ ਰਿਹਾ ਕਦੀ ਵੀ ਕਦੀ ਨਾ ਨੇ ਇੱਦਾਂ ਦੇ ਤਰੀਕੇ ਦੇ ਨਾਲ ਨਹੀਂ ਕਿਹਾ ਕਿ ਤੁਸੀਂ ਹਿੰਦੂ ਬਣੋ ਮੈਂ ਤਾਂ ਨਵਾ ਕਰੂੰਗਾ ਕਦੀ ਕਿਸੇ ਨੇ ਗੁਰੂਆਂ ਨੇ ਸਾਡਿਆਂ ਨੇ ਇਹ ਨਹੀਂ ਸੀ ਕਿਹਾ ਕਿ ਸਿੱਖ ਬਣੋ ਮੈਂ ਆਗ ਦੇਉਂਗਾ ਤੁਹਾਨੂੰ ਐਨੇ ਪੈਸੇ ਦੂੰਗਾ ਤੁਹਾਡੇ ਨਿਆਣਿਆਂ ਨੂੰ ਆ ਦੂੰਗਾ ਇਦਾਂ ਕਦੀ ਨਹੀਂ ਕਿਸੇ ਨੇ ਕਿਹਾ ਨਾ ਸਿੱਖ ਧਰਮ ਦੇ ਵਿੱਚ ਨਾ Hindu ਧਰਮ ਦੇ ਵਿੱਚ ਬਾਕੀ ਧਰਮਾਂ ਦੇ ਵਿੱਚ ਹੁਣ ਤੁਸੀਂ ਦੇਖ ਲਓ ਵੀ ਲੋਕੀ ਕਿਉਂ ਜਾ ਰਹੇ ਆ ਮੁਗਲਾਂ ਨੇ ਜ਼ਬਰਦਸਤੀ ਕੋਟ ਕੋਟ ਕੇ ਜ਼ਬਰਦਸਤੀ ਟੈਕਸ ਲਾ ਲਾ ਕੇ ਧੱਕੇ ਨਾਲ ਕਨਵਰਜਨ ਕੀਤੀ ਸੀਗੀ ਤੇ ਹੁਣ ਇਸ ਵੇਲੇ ਲਾਲਚ ਦੇ ਦੇ ਕੇ ਕਨਵਰਜਨ ਕਰਾਈ ਜਾ ਰਹੀ ਆ ਫਾਰਕ ਆ ਇਹ ਸਾਨੂੰ ਸਮਝਣਾ ਪੈਣਾ ਆ ਕਿ ਰੀਅਲ ਪ੍ਰੋਬਲਮ ਕੀ ਆ ਤੇ ਕਿਹਦੇ ਤੋਂ ਆ ਤੇ ਕਿਹਦੇ ਤੋਂ ਪ੍ਰੋਬਲਮ ਨਹੀਂ ਹੈਗੀ ਠੀਕ ਆ ਪੰਜਾਬ ਦੇ ਵਿੱਚ ਕੁਝ ਹੋਰ ਹੀ ਨੈਰੇਟਿਵ ਸਿਰਜੇ ਜਾ ਰਹੇ ਆ ਸਾਨੂੰ ਸਮਝਣ ਦੀ ਲੋੜ ਆ ਸੋ ਇਹ ਸੀਗਾ ਅੱਜ ਦਾ ਪੋਡਕਾਸਟ ਮੇਰਾ ਕੋਈ ਵੀ ਪੋਡਕਾਸਟ ਬਣਾਉਣ ਦਾ ਮਕਸਦ ਇਹ ਨਹੀਂ ਹੁੰਦਾ ਕਿ ਮੈਂ ਤੁਹਾਨੂੰ ਆਪਣੀ ਗੱਲ ਮਨਾਣੀ ਆ ਜਮੈਂ ਇਹ ਨਹੀਂ ਕਹਿਣਾ ਕਿ ਤੁਸੀਂ ਮੇਰੀ ਗੱਲ ਨੂੰ ਫੋਲੋ ਕਰੋ ਮੇਰੀ ਕਿਸੇ ਵੀ ਟੌਪਿਕ ਤੇ ਗੱਲ ਕਰਨ ਦਾ ਜਾਂ ਆਪਣਾ ਪੁਆਇੰਟ ਆਫ View ਦੇਣ ਦਾ ਮਕਸਦ ਇਹੀ ਆ ਕਿ ਤੁਹਾਨੂੰ ਪਤਾ ਹੋਵੇ ਕਿ ਅਸਲੀਅਤ ਕੀ ਆ ਠੀਕ ਆ ਮੈਂ ਨਹੀਂ ਕਹਿੰਦਾ ਤੁਸੀਂ ਅੱਜ ਸਾਰਾ ਕੁਝ ਛੱਡ ਦਿਓ ਤੁਸੀਂ ਜਿੰਨਾ ਨਫ਼ਰਤ ਕਰਨੀ ਨਫ਼ਰਤ ਕਰੋ ਜਿੰਨਾ ਪਿਆਰ ਕਰਨਾ ਕਰੋ ਜਿਹੜੇ ਮਰਜ਼ੀ ਧਰਮ ਤੇ ਜਾਣਾ ਜਾਓ ਜਿਹੜੇ ਮਰਜ਼ੀ ਧਰਮ ਨਾਲ ਲੜੋ I don't care ਪਰ ਮੈਨੀਪੂਲੇਟ ਹੋਗੇ ਨਹੀਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਸਲੀਅਤ ਕੀ ਆ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਆ ਸੋ ਇੱਕ ਵਾਰੀ ਫੇਰ ਰਿਪੀਟ ਕਰ ਦਮਾ ਨਾ ਤਾਂ ਪੰਜਾਬੀ ਭਾਸ਼ਾ ਨੂੰ ਖਤਰਾ ਨਾ ਸਾਡੇ ਧਰਮ ਨੂੰ ਖਤਰਾ ਲੋਕਾਂ ਨੂੰ ਕੋਈ ਖਤਰਾ ਨਹੀਂ ਹੈਗਾ ਸਾਡੇ ਜਿਹੜੇ ਮੁੱਦੇ ਆ ਨਾ ਉਹ ਹੈਗਾ ਬੇਰੁਜ਼ਗਾਰੀ ਐਜੂਕੇਸ਼ਨ ਮੈਡੀਕਲ ਇਨਫਰਾਸਟ੍ਰਕਚਰ ਠੀਕ ਹੈ ਇਹ ਮੇਨ ਮੁੱਦੇ ਆ ਇਨ੍ਹਾਂ ਤੇ ਗੱਲ ਕਰੋ ਵੋਟਾਂ ਆਣ ਵਾਲੀਆਂ ਆ ਸੋ ਜਦੋਂ ਵੀ ਤੁਹਾਡੇ ਕੋਲ ਕੋਈ ਵੋਟ ਲੈਣ ਆਊਗਾ ਇਹ ਨਾ ਮੁੱਦਿਆਂ ਤੇ ਗੱਲ ਕਰਨੀ ਆ ਹੋਰ ਕਿਸੇ ਮੁੱਦੇ ਤੇ ਨਹੀਂ ਗੱਲ ਕਰਨੀ ਹੈਗੀ ਧਰਮ ਇਹ ਛੱਡ ਦਿਓ ਇਹ ਚੀਜ਼ਾਂ ਅਸੀਂ ਧਰਮ ਬਣਾਇਆ ਵੀ ਨਹੀਂ ਹੈਗਾ ਠੀਕ ਹੈ ਸਾਡੇ ਜਾਨੀ ਪਾਵਰ ਨਹੀਂ ਸੀ ਹੈਗੀ ਉਹ ਮਹਾਨ ਬੰਦੇ ਸੀਗੇ ਉਹ ਕੁਝ ਹੋਰ ਹੀ ਚੀਜ਼ ਰੂਹਾਂ ਸੀਗੀਆਂ ਜਿਨ੍ਹਾਂ ਨੇ ਧਰਮ ਬਣਾਇਆ ਸੋ ਉਹਨਾਂ ਨੂੰ ਜਿਉ ਪਾਵਰ 'ਚ ਹੈਗੇ ਆ ਅੱਜ ਵੀ ਪਾਵਰ 'ਚ ਹੈਗੇ ਆ ਉਹਨਾਂ ਨੂੰ ਪਤਾ ਆ ਕਿ ਜਿਹੜੀ ਚੀਜ਼ ਅਸੀਂ ਬਣਾਈ ਆ ਉਹ ਕਿਦਾਂ ਮੈਨੇਜ ਕਰਨੀ ਆ ਤੁਸੀਂ ਧਰਤੀ ਨੂੰ ਵੀ ਰੱਬ ਕਹਿੰਦੇ ਆ ਨਾ ਸਾਰਾ ਜਿਹੜਾ ਨੇਚਰ ਹੈ ਰੱਬ ਹੈ ਨਾ ਸੋ ਇਹਨਾਂ ਨੂੰ ਪਤਾ ਹੈ ਆ ਵੀ ਆਪਾਂ ਕਿੱਦਾਂ ਕਰਨੀ ਆ ਕਿੱਦਾਂ ਸਾਰਾ ਕੁਝ ਚਲਾਣਾ ਆ ਠੀਕ ਆ ਉਹ ਸਾਨੂੰ ਮੌਕਾ ਦਿੰਦੇ ਆ ਸਾਨੂੰ ਆਪਣੇ ਤੇ ਧਿਆਨ ਦੇਣ ਦੀ ਲੋੜ ਆ ਆਪਣੇ ਜਿਹੜੇ ਮੁੱਦੇ ਆ ਨਾ ਜਿਹੜੇ ਨੋਰਮਲ ਮੁੱਦੇ ਆ ਆਪਣੀ ਜ਼ਿੰਦਗੀ ਨੂੰ ਸੌਖਾ ਕਰਨ ਵਾਲੇ ਮੁੱਦੇ ਆ ਉਹਨਾਂ ਦੇ ਧਿਆਨ ਦਿਓ ਠੀਕ ਆ ਸੋ ਏਸੀ ਅੱਜ ਦਾ ਪੋਡਕਾਸਟ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋਗਾ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਜਿਹੜੇ ਵੀ ਆ ਨਾ ਕਮੈਂਟ ਜ਼ਰੂਰ ਕਰਿਓ ਤੁਸੀਂ ਕੀ ਸੋਚਦੇ ਹੋ ਇਸ ਚੀਜ਼ ਬਾਰੇ ਤੇ ਮਿਲਦੇ ਹਾਂ ਫਿਰ ਬਹੁਤ ਜਲਦੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਧੰਨਵਾਦ